पीएनओ मीडिया ग्रुप नाल जुड़े सारे सज्जणां दा स्वागत। दोस्तों मैं सुखनैप सिंह सिद्धू इस वक्त तुहाडे नाल सांझ पा रहा और नाल ही इस गल दी माफी कि पिछले हफ्ते कुछ ना टाले जाण वाले कारणां करके तुहाडे नाल सांझ नहीं पै सकी। गिल साहब कोल टाइम जरूर सी पर मैं उलझा हुआ सी, सो उस गल दी माफी। पर असीं अज जुड़े हाँ कई अहम मसलियां दे नाल ते गलबात करदे हां पीएनओ मीडिया ग्रुप दे जरिए। बोल्ड वॉइस साडा जिहड़ा सीरीज चलदा है रणजीत सिंह कुकी गिल होरां दे नाल, ते आओ सांझ पाईए। ਜਲ ਸਾਹਿਬ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਜੂਨ ਦੇ ਹਫਤੇ ਦੀ ਜਦੋਂ ਵੀ ਗੱਲ ਹੁੰਦੀ ਹੈ ਜੀ, ਮੰਦਭਾਗਾ ਆਪਣੇ ਵਾਸਤੇ ਹੈ ਹੀ, ਉਹਦੀ ਗੱਲ ਆਪਾਂ ਜ਼ਰੂਰ ਕਰਾਂਗੇ। ਪਰ ਉਸੇ ਜੂਨ ਦੇ ਵਿੱਚ ਇੱਕ ਪਰਿਵਾਰ ਦੀ ਜੂਨ ਹੈ ਜਿਹੜੀ ਉਹ ਰੁਲ ਗਈ। ਮੀਡੀਆ ਨੇ ਦੇਖੋ ਕੀ ਕੁਝ ਕੀਤਾ, ਸਿਆਸੀ ਆਗੂ ਆ ਉਹ ਬੜਾ ਕੁਝ ਕਰ ਰਿਹਾ ਹੈ। ਬਹੁਤ ਸਾਰੇ ਲੋਕ ਹੋਣਗੇ ਜਿਹੜੇ ਸਿੱਧੂ ਮੂਸੇਵਾਲੇ ਦੇ ਗੀਤਾਂ ਨੂੰ ਪਸੰਦ ਨਹੀਂ ਕਰਦੇ ਹੋਣੇ, ਸਾਡੇ ਵਰਗਿਆਂ ਨੇ ਕਦੇ ਸੁਣੇ ਨਹੀਂ ਸੀ। ਪਰ ਦੂਸਰੇ ਪਾਸੇ ਇਹ ਹੈ ਕਿ ਜਦੋਂ ਉਹਨਾਂ ਦੀ ਮੌਤ ਜਾਂ ਕਤਲ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਮੈਨੂੰ ਲੱਗਦਾ ਹਰੇਕ ਅੱਖ ਨਮ ਹੋਈ ਤੇ ਬਹੁਤ ਸਾਰੇ ਕਾਰਨ ਲੱਭਣ ਦੇ ਯਤਨ ਵੀ ਕੀਤੇ ਗਏ। ਕੁਝ ਸਿਆਸੀ ਹੋਣਗੇ, ਕੁਝ ਗੈਰ ਸਿਆਸੀ ਹੋਣਗੇ। ਸੋ ਤੁਸੀਂ ਕਿਵੇਂ ਦੇਖਦੇ ਹੋ ਇਸ ਘਟਨਾਕ੍ਰਮ ਨੂੰ ਜਿਹੜਾ ਪਿਛਲੇ ਐਤਵਾਰ ਨੂੰ ਵਾਪਰਿਆ? ਜਿਹੜੀ ਸੁਖਦੀਪ ਸਿੰਘ ਸਿੱਧੂ ਸਿੱਧੂ ਮੂਸੇਵਾਲੇ ਦੀ ਮੌਤ ਹੋਈ ਆ ਨਾ, ਉਹ ਬੜੀ ਇੱਕ ਦੁਖਦਾਈ ਘਟਨਾ ਹੋਈ ਹੈ ਪੰਜਾਬ 'ਚ ਜੀ। ਇੱਕ ਨੌਜਵਾਨ ਮੁੰਡੇ ਦਾ ਜਿਹੜਾ ਇੰਨਾ ਹੋਣਹਾਰ ਸੀ, ਮੈਂ ਭਾਵੇਂ ਉਹਦੇ ਗਾਣਿਆਂ ਨਾਲ ਸਹਿਮਤ ਹੋਵਾਂ ਜਾਂ ਨਾ ਹੋਵਾਂ, ਸਹੀ ਪਰ ਉਹਨੇ ਪੰਜਾਬੀ ਨੂੰ ਸੱਤ ਸਮੁੰਦਰੋਂ ਪਾਰ ਲੈ ਗਿਆ। ਉਹ ਬੰਦੇ ਵੀ ਉਹਦੀ ਪ੍ਰਸ਼ੰਸਾ ਕਰ ਰਹੇ ਆ। ਪਹਿਲੀ ਵਾਰੀ ਹੋਇਆ ਕਿ ਜਿਹੜਾ ਪੁਰਾਣਾ ਪੰਜਾਬ ਸੀ 47 ਵਾਲਾ, ਦੋਨੋਂ ਪਾਸੇ ਲੋਕਾਂ ਨੇ ਰਲ ਕੇ ਦੁੱਖ ਦਾ ਹੁੰਗਾਰਾ ਦਿੱਤਾ, ਦੁੱਖ 'ਚ ਸ਼ਾਮਿਲ ਹੋਇਆ। ਮੈਂ ਆਪਣੀ ਇੰਟਰਵਿਊ ਇੱਥੋਂ ਹੀ ਸ਼ੁਰੂ ਕਰੂੰਗਾ ਵੀ ਉਹਨੇ ਖੁਦਾ ਦਾ ਅਮਾਲ ਜਿਨ੍ਹਾਂ ਨੇ ਮਾਰਿਆ, ਉਹਨੇ ਖੁਦਾ ਕਾ ਅਮਾਲ ਸ਼ਰਮਸਾਰ ਕਰ ਦੇਗਾ। ਵਿਛਾ ਰਹੇ ਹੈ ਜੋ ਕਾਂਟੇ ਕਿਸੇ ਕੀ ਰਾਹ ਇਹ ਖੁਦਾ ਦਾ, ਇਹ ਕਿਸੇ ਸ਼ਾਇਰ ਨੇ ਲਿਖੀ ਹੈ ਚੀਜ਼, ਲਿਖੀ ਤਾਂ ਪੁਰਾਣੀ ਹੋਈ ਆ, ਪਰ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਜਿਹਦੇ 'ਤੇ ਖੁਦਾਈ ਵੀ ਸ਼ਰਮਸਾਰ ਆ। ਉਹਦੀ ਇਕੱਲਾ ਉਹਦਾ ਮਰ ਜਾਣਾ ਨਹੀਂ, ਜਿਸ ਵਹਿਸ਼ਤ ਨਾਲ, ਜਿਸ ਮਤਲਬ ਕਿ ਉਹਨਾਂ ਨੇ ਨੰਗਾ ਨਾਚ ਰਚਿਆ, ਉਸ ਚੀਜ਼ ਨੇ ਇੱਕ ਸਹਿਮ ਪਾਤਾ ਸਾਰੇ ਪੰਜਾਬ 'ਚ। ਕੋਈ ਵੀ ਇੱਥੇ ਸੁਰੱਖਿਅਤ ਨਹੀਂ ਹੈਗਾ। ਉਹ ਘਟਨਾ ਕਰਮ ਕਿਵੇਂ ਵਾਪਰਿਆ, ਕਿਸ ਤਰ੍ਹਾਂ ਦੇ ਹਥਿਆਰ ਚੱਲੇ ਉਹਦੇ 'ਚ, ਉਹ ਚੀਜ਼ ਨੇ ਡਰ ਪੈਦਾ ਕਰਤਾ। ਮੇਰੇ ਖਿਆਲ ਤਾਂ ਇਸਨੇ ਸਿਕਿਉਰਿਟੀ ਥਰੈਟ ਪਰਸੈਪਸ਼ਨ, ਜਦੋਂ ਵੀ ਇੰਟੈਲੀਜੈਂਸ ਹੈਡਕੁਆਟਰਸ 'ਤੇ ਜਦੋਂ ਗ੍ਰਨੇਡ ਲਾਂਚਰ ਚੱਲਿਆ ਸੀਗਾ ਜੀ, ਉਸ ਚੀਜ਼ ਦਾ ਵੀ ਹਜੇ ਤੱਕ ਇਹ ਪੰਜਾਬ ਸਰਕਾਰ ਜਵਾਬ ਨਹੀਂ ਦੇ ਸਕੀ। ਸਹੀ, ਕਿਉਂਕਿ ਇਹ ਘਟਨਾ ਅਤੇ ਮੂਸੇਵਾਲੇ ਵਾਲੀ ਘਟਨਾ ਦਾ ਵੀ ਇਹਨਾਂ ਕੋਲ ਅੱਜ 5 ਦਿਨ ਹੋ ਗਏ, ਕੋਈ ਜਵਾਬ ਨਹੀਂ ਆਇਆ। ਕਦੀ ਇਹਨਾਂ ਦਾ SSP ਮਾਨਸਾ ਸਟੇਟਮੈਂਟ ਦਿੰਦਾ ਪਬਲਿਕ ਕਿ ਅਸੀਂ ਪ੍ਰੋਡਕਸ਼ਨ ਵਾਰੰਟ 'ਤੇ ਜਿਹੜਾ ਉਹ ਬਿਸ਼ਨੋਈ ਆ ਕਿ ਕੌਣ ਆ ਦਿੱਲੀ ਤਿਹਾੜ ਜੇਲ੍ਹ 'ਚ ਬੈਠਾ, ਵੀ ਉਹਨੂੰ ਲੈਣ ਜਾ ਰਹੇ, ਜਦਕਿ ਉਹ ਦਿੱਲੀ ਪੁਲਿਸ ਦੀ ਕਸਟਡੀ 'ਚ 5 ਦਿਨ ਦੇ ਰਿਮਾਂਡ 'ਤੇ। ਅੱਜ ਉਹਨੂੰ 3ਰਾ ਦਿਨ ਕਿ 4ਥਾ ਦਿਨ ਹੋ ਗਿਆ ਰਿਮਾਂਡ 'ਤੇ, ਹਜੇ ਤੱਕ ਕੁਛ। ਪਹਿਲੀ ਗੱਲ ਆ, ਦਿੱਲੀ ਪੁਲਿਸ ਦੇ ਮੂਸੇ ਵਾਲੇ ਕਤਲ 'ਚ ਦਿੱਲੀ ਪੁਲਿਸ ਕਿਉਂ ਚੱਕੂਗੀ ਉਹਨੂੰ? ਪੰਜਾਬ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ਪਹਿਲੇ ਕਿਉਂ ਨਹੀਂ ਲਿਆ ਜੇ ਉਹਨਾਂ ਨੇ ਜ਼ਿੰਮੇਵਾਰੀ ਲਈ ਆ? ਹੁਣ ਇਹ ਕੱਲ੍ਹ ਹਾਈਕੋਰਟ 'ਚ ਇਹਨਾਂ ਦਾ ਐਡਵੋਕੇਟ ਜਨਰਲ ਜਾ ਕੇ ਕਹਿ ਰਿਹਾ ਪੰਜਾਬ ਦਾ ਕਿ ਸਾਡੇ FIR ਵਿੱਚ ਲਾਰੈਂਸ ਬਿਸ਼ਨੋਈ ਦਾ ਨਾਂ ਹੈ ਨਹੀਂ। ਇਹ ਜਿਹੜੀ ਇਹਨਾਂ ਦੀ ਮਤਲਬ ਕਿ ਸਟੇਟਮੈਂਟ ਸਾਰੀਆਂ ਨੇ ਪ੍ਰਗਟਾਵੇ ਕਰ ਰਹੀ ਹੈ ਜੋ ਪੰਜਾਬ ਸਰਕਾਰ, ਇਹ ਬੜੀ ਮਤਲਬ ਕਿ ਸ਼ੋ ਕਰ ਰਹੀ ਹੈ ਕਿ ਟੋਟਲ ਲੈਕ ਆਫ, ਇਹਨਾਂ ਨੂੰ ਪਰਸੈਪਸ਼ਨ ਹੀ ਹੈ ਨਹੀਂ ਕਿ ਪੰਜਾਬ 'ਚ ਹੋ ਕੀ ਰਿਹਾ, ਸਾਡਾ SSP ਕੀ ਕਹਿ ਰਿਹਾ, ਸਾਡਾ ਐਡਵੋਕੇਟ ਜਨਰਲ ਸਟੇਟ ਵੱਲੋਂ ਕੀ ਕਹਿ ਰਿਹਾ, ਇਨਵੈਸਟੀਗੇਸ਼ਨ ਕਿੱਥੇ ਖੜੀ ਆ, ਕਿੱਥੋਂ ਉਹ ਬੰਦੇ ਆਏ ਜੇ ਕਹਿੰਦੇ ਵੀ ਉਹ ਕੁਛ ਦਿਨ ਤੋਂ ਰੈਕੀ ਕਰ ਰਹੇ ਸੀ ਜੀ, ਤਾਂ ਫਿਰ ਇਹਨਾਂ ਕੋਲ ਫੁਟੇਜ ਆ ਗਈਆਂ, ਉਹ ਕਰੋਲਾ ਆਈ ਕਿੱਥੋਂ ਆ, ਬਲੇਰੋ ਆਈ ਕਿੱਥੋਂ ਆ, ਫਿਰ ਉਹਦੇ ਤੋਂ ਬਾਅਦ ਇੰਸੀਡੈਂਟ ਤੋਂ ਨੰਗਾ ਨਾਚ ਹੋਇਆ ਪਿੰਡ ਵਿੱਚ, ਲੋਕਾਂ ਨੇ ਅੱਜ ਤੱਕ ਕੋਈ ਅਥੈਂਟਿਕ ਵੀਡੀਓ ਨਹੀਂ ਆਈ। ਉਹਦੇ ਫਾਦਰ ਸਾਹਿਬ ਸਰਦਾਰ ਬਲਕੌਰ ਸਿੰਘ ਇਹ ਕਹਿ ਰਹੇ ਆ ਕਿ ਮੈਂ ਮਗਰੇ ਉਹਦੇ ਆ ਗਿਆ, ਪਿੰਡ ਵਾਲੇ ਕਹਿ ਰਹੇ ਆ ਵੀ ਜਦ ਨੂੰ ਸਾਨੂੰ ਚੱਕਣ ਨੂੰ ਹਸਪਤਾਲ ਲੈ ਕੇ ਜਾਣ ਨੂੰ ਉਹਨੂੰ 35-40 ਮਿੰਟ ਲੱਗ ਗਏ। ਇਹ ਵੀ ਸ਼ੋਅ ਕਰਦਾ ਕਿ ਹੈਲਥ ਐਂਬੂਲੈਂਸਿਸ ਦਾ ਸਿਸਟਮ
ਜਿੱਥੇ ਹਸਪਤਾਲ 'ਚੋਂ ਜਾ ਕੇ ਪਿਆ ਸੀ ਉੱਥੇ ਕੋਈ ਫੈਸਿਲਿਟੀ ਨਹੀਂ ਸੀ, ਆਮ ਸਧਾਰਨ ਬੰਦੇ ਖੜ੍ਹੇ ਸੀ, ਕੋਈ ਡਾਕਟਰ ਨਹੀਂ ਸੀ ਖੜ੍ਹਾ ਜਦ ਨੂੰ ਉਹਨੇ ਡੈਥ ਹੋ ਗਈ ਉਹਦੀ। ਇਹ ਸ਼ੋਅ ਕਰਦਾ ਕਿ 75 ਸਾਲਾਂ ਵਿੱਚ ਕਿੰਨੀ ਤਰੱਕੀ ਕੀਤੀ ਆ ਇੰਡੀਆ ਨੇ ਵੀ ਅਤੇ ਪੰਜਾਬ ਨੇ। ਉਸ ਤੋਂ ਬਾਅਦ ਜਿਹੜੀਆਂ ਜੀ ਉਹੀ ਗੱਲ ਦੇ ਉੱਤੇ ਮੈਂ ਆਉਂਦਾ ਸੀ, ਉੱਥੋਂ ਗੱਡੀ ਉਹ ਛੱਡਦੇ ਨੇ, ਦੂਜੀ ਗੱਡੀ ਚੱਕਦੇ ਨੇ, ਉਹ ਜਾ ਕੇ ਅਗਲੇ ਦਿਨ ਧਰਮਕੋਟ ਮਿਲਦੀ ਜਿਹੜਾ 140 ਕਿਲੋਮੀਟਰ ਤਕਰੀਬਨ ਏਰੀਆ ਡਿਸਟੈਂਸ ਆ। ਉਹਦੇ ਵਿੱਚ ਟੋਲ ਪਲਾਜ਼ਾਸ ਆਉਂਦੇ ਨੇ, ਉੱਥੇ ਪੁਲਿਸ ਨੂੰ ਅਲਰਟ ਹੋ ਗਿਆ ਸੀ ਵੀ ਉਹਨਾਂ ਨੇ ਆਲਟੋ ਕਾਰ ਚੱਕ ਲਈ ਆ, ਤਾਂ ਇਹਨਾਂ ਦੇ ਨਾਕੇ ਕਿੱਥੇ ਗਏ? ਇਹ ਕੀ ਸਾਨੂੰ ਡਰਾਉਣ ਲਈ ਇਹਨਾਂ ਨੇ 10 ਕੰਪਨੀਆਂ ਲਿਆਂਦੀਆਂ ਨੇ ਕਿ ਘੱਲੂ ਘਰ ਆ, ਅਸੀਂ ਆਪਣਾ ਜਿਹੜਾ ਸਾਡੇ ਨਾਲ ਐਡੀ ਦੁਖਦਾਈ ਘਟਨਾ ਹੋਈ ਆ ਸਿੱਖ ਕੌਮ ਨਾਲ, ਇਕੱਲੀ ਸਿੱਖ ਕੌਮ ਨਾਲ ਨਹੀਂ ਮਾਨਵਤਾ ਨਾਲ ਹੋਈ ਆ 1984 ਦੇ ਵਿੱਚ ਇੰਡੀਅਨ ਆਰਮੀ ਅਟੈਕ 'ਚ। ਉਸ ਅਸੀਂ ਕੀ ਸ਼ਾਂਤੀ 'ਚ ਉਹ ਆਪਣੀਆਂ ਜਿਹੜੀਆਂ ਸੰਵੇਦਨਸ਼ੀਲ ਸਾਡੀਆਂ ਭਾਵਨਾਵਾਂ ਨੇ ਕੀ ਅਸੀਂ ਉਹਨਾਂ ਦਾ ਪ੍ਰਗਟਾਵਾ ਤੁਹਾਡੀਆਂ ਸੰਗੀਨਾਂ 'ਚ ਜਾਂ ਸਦਾ ਹੀ ਤੁਹਾਡੀਆਂ ਆਰਮੀ ਦੀਆਂ ਛਾਵਾਂ ਥੱਲੇ ਹੀ ਕਰਾਂਗੇ? ਕਿਹਨੂੰ ਡਰਾਉਣ ਨਹੀਂ ਲੈ ਕੇ ਆਏ? ਤੁਹਾਡੇ ਸਾਹਮਣੇ ਨੰਗੇ ਨਾਚ ਹੋ ਰਹੇ ਆ, ਤੁਹਾਡੇ ਇੰਟੈਲੀਜੈਂਸ ਹੈੱਡਕੁਆਰਟਰਸ 'ਤੇ ਤੁਹਾਡੇ ਰੋਕਟ ਲਾਂਚਰ ਚੱਲ ਰਹੇ ਆ, ਅਤੇ ਤੁਸੀਂ ਲਿਆ ਕੇ ਦਰਬਾਰ ਸਾਹਿਬ ਘੇਰ ਲਿਆ ਫਿਰ? ਅਰੇ ਸੀਰੀਅਸ ਕੁਐਸਚਨਸ ਨੇ ਸਿਕਨਾ ਜੀ। ਅੱਛਾ, ਜਿਵੇਂ ਇਹਦੇ 'ਚ ਬਹੁਤ ਸਾਰੇ ਪੱਖ ਨੇ ਜਿਹੜੇ ਥੋੜ੍ਹੇ ਥੋੜ੍ਹੇ ਆਪਾਂ ਟੱਚ ਕਰਨ ਦਾ ਯਤਨ ਕਰਾਂਗੇ। ਇੱਕ ਤਾਂ ਇਹ ਕਿ ਉੱਥੇ ਮੀਡੀਆ ਦਾ ਰੋਲ, ਜਿਹੜਾ ਮੈਨੂੰ ਸੱਚੀ ਆਪਾਂ ਖੁਦ ਮੀਡੀਆ ਨਾਲ ਜੁੜੇ ਹਾਂ, ਪਰ ਮੈਨੂੰ ਇਹ ਬੜਾ ਮਾੜਾ ਰਿਹਾ ਅਤੇ ਮੰਦਭਾਗਾ ਰਿਹਾ ਕਿ ਉਹ ਸਿਵੇ ਦਿਖਾਏ ਜਾ ਰਹੇ, ਉਹਨਾਂ ਦੇ ਕੁੱਤੇ ਦਿਖਾਏ ਜਾ ਰਹੇ ਜਾਂ ਕੁਛ ਹੋਰ ਹੈ। ਬਿਨਾਂ ਸ਼ੱਕ ਅਸੀਂ ਮੰਨਦੇ ਹਾਂ ਕਿ ਬਹੁਤ ਵੱਡਾ ਦੁੱਖ ਹੈ, ਪਰ ਜਿਹੜੇ ਤਰੀਕੇ ਨਾਲ ਵਿਊ ਵਾਲਾ ਮਹਿਕਮਾ ਗਾ, ਡਿਜੀਟਲ ਗਿਰਜਾ ਆਪਾਂ ਕਹਿ ਸਕਦੇ ਇਹਨਾਂ ਨੂੰ, ਇਹ ਗਈਆਂ ਫਿਰ ਸਿਆਸੀ ਲੋਕ ਹੈ ਸਾਰੀਆਂ ਧਿਰਾਂ ਹੀ ਲਗਭਗ ਤਿਆਰ ਨੇ ਇਸ ਗੱਲ ਦੇ ਵਾਸਤੇ। ਹੁਣ ਨਵੀਂ ਖਬਰ ਵੀ ਆਈ ਹੈ ਕਿ ਸਿੱਧੂ ਮੂਸੇਵਾਲੇ ਨੂੰ ਪਹਿਲਾਂ ਉਮੀਦਵਾਰ ਬਣਾਉਣ ਦੀ ਸੋਚ ਰਹੇ ਸੀ ਜਾਂ ਨਹੀਂ ਸੀ, ਦਿਖਾਵਾ ਕਰਤਾ। ਹੁਣ ਦੂਸਰੇ ਪਾਸੇ ਨੂੰ ਚੱਲ ਪਿਆ, ਕੱਲ੍ਹ ਦੀਆਂ ਖਬਰਾਂ ਇਹ ਵੀ ਹੈ ਕਿ ਮੂਸੇਵਾਲੇ ਦੇ ਪਿਤਾ ਜੀ ਹੈ ਜਿਹੜੇ, ਉਹਨਾਂ ਨੂੰ ਵੀ ਕੈਂਡੀਡੇਟ ਬਣਾਉਣ ਦੇ ਵਾਸਤੇ ਤੁਰ ਪਏ। ਜਿਹੜੀ ਰਾਜਨੀਤੀ ਹੈ ਨਾ ਪੰਜਾਬ ਦੀ, ਇਹ ਆਪਣੀਆਂ ਮਤਲਬ ਕਿ ਧਰਾਤਲ ਦੀ ਗ੍ਰਾਹੀਆਂ ਤੋਂ ਵੀ ਥੱਲੇ ਡਿੱਗ ਚੁੱਕੀ ਹੈ। ਈਵਨ ਸਟਾਰਟਿੰਗ ਫਰੋਮ ਦਾ ਪੰਜਾਬ ਗਵਰਨਮੈਂਟ, ਪੰਜਾਬ ਦਾ ਚੀਫ ਮਿਨਿਸਟਰ ਭਗਵੰਤ ਮਾਨ ਪਿਛਲੇ 5 ਦਿਨਾਂ ਤੋਂ ਗੈਬ ਆ। ਕੱਲ੍ਹ ਦਿੱਲੀ ਤਾਂ ਉਹ ਚਲਾ ਗਿਆ, ਉਹਦੇ ਕੋਲੋਂ 200 ਕਿਲੋਮੀਟਰ ਦਾ ਰਾਹ ਮਾਨਸੇ ਤੱਕ ਤੈਅ ਨਹੀਂ ਹੋਇਆ, ਜਿੱਥੇ ਉਹਦਾ ਪੇਰੈਂਟਸ, ਉਹਦੀ ਮਾਤਾ, ਉਹ ਵਾਰ ਵਾਰ ਮੰਗਾਰ ਰਹੇ, ਸਰਕਾਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਆ। ਕੱਲ੍ਹ ਇਹਨਾਂ ਨੇ 2 ਕੈਬਨਿਟ ਮਿਨਿਸਟਰ ਆਪਣੇ ਭੇਜੇ ਨੇ, ਉਹ ਸਾਰਾ ਪੋਲੀਟੀਕਲ ਸਟੰਟ ਆ। ਇਹਨਾਂ ਦੇ DGP ਨੂੰ ਪਹਿਲੇ ਮੰਨਣਾ ਚਾਹੀਦਾ ਵੀ ਹਾਓ ਕਮ ਤੁਸੀਂ ਪਹਿਲੇ ਦਿਨ ਹੀ ਉੱਠ ਕੇ ਇਹਨੂੰ ਗੈਂਗਵਾਰ ਦਾ ਦੇ ਰਹੇ ਆ, ਇਹ ਪ੍ਰੋਫੈਸ਼ਨਲ ਹਿੱਟ ਹੋਈ ਆ। ਇਹਦੇ ਕਾਰਨ ਤਾਂ ਦੱਸਣੇ ਚਾਹੀਦੇ ਨੇ, ਕਿਉਂਕਿ ਇਹ ਕੋਈ ਸਧਾਰਨ ਬੰਦਾ ਤਾਂ ਮਾਰਿਆ ਨਹੀਂ, ਜਿਹਦੇ ਮਗਰ ਇੰਨੀ ਕੜਕ ਦੀ ਧੁੱਪ ਵਿੱਚ ਗਰਮੀ 'ਚ ਹਜ਼ਾਰਾਂ ਲੋਕਾਂ ਦਾ ਇਕੱਠ ਆਪ ਮੁਹਾਰੇ ਹੀ ਤੁਰ ਕੇ ਆ ਜਾਂਦਾ। ਉਹਦਾ ਪਿਓ ਦੀ ਜਿਹੜੀ ਉਹ ਪੱਗ ਉਹਨੇ ਜਿਹੜੀ ਦਿਖਾਈ ਹੈ ਨਾ ਸਿਰ ਤੋਂ ਲਾ ਕੇ, ਉਹਨੇ ਆਪਣੀ ਪੱਗ ਨਹੀਂ ਦਿਖਾਈ, ਉਹਨੇ ਪੰਜਾਬ ਦੀ ਦਿਖਾਈ ਆ ਕਿ ਕਿੰਨਾ ਖੋਖਲਾਪਨ ਆ ਗਿਆ। ਕਿ ਜਿਹੜਾ ਉਹਨੇ ਗੀਤ ਗਾਇਆ ਸੀ ਥੋੜ੍ਹਾ ਚਿਰ ਪਹਿਲੇ ਕਿ ਲੋਕਾਂ ਨੂੰ ਸੋਚਣਾ ਪਊਗਾ ਗਦਾਰ ਕੌਣ, ਇਹ ਇੱਥੇ ਢੁੱਕਦਾ। ਇਹਨਾਂ ਦਾ ਕੋਈ ਉੱਥੋਂ ਦਾ ਲੋਕਲ MLA, ਉਹ ਤਾਂ ਉੱਥੇ ਚਲੋ ਜੇਲ੍ਹ 'ਚ ਇਹਨਾਂ ਦਾ MLA, ਇਹ ਉਸ ਤਰ੍ਹਾਂ ਦੀ ਪਾਰਟੀ ਪੰਜਾਬ 'ਚ ਰਾਜ ਕਰ ਰਹੀ ਆ। ਜਿਹੜਾ ਇਹਨਾਂ ਦਾ ਮੰਤਰੀ ਦਿੱਲੀ ਚੱਕਿਆ ਹੋਇਆ ਇਨਫੋਰਸਮੈਂਟ ਡਾਇਰੈਕਟੋਰੇਟ ਨੇ, ਉਹਦੇ ਲਈ ਤਾਂ ਦਿੱਲੀ ਦਾ ਚੀਫ ਮਿਨਿਸਟਰ ਕਹਿ ਰਿਹਾ ਕਿ ਇਹਨੂੰ ਪਦਮ ਵਿਭੂਸ਼ਣ ਮਿਲਣਾ ਚਾਹੀਦਾ, ਇਹਦਾ ਸੈਕਿੰਡ ਹਾਈਐਸਟ ਸਿਵਲੀਅਨ ਆਨਰ ਇੰਡੀਆ 'ਚ। ਕਾਹਦੇ ਲਈ ਮਿਲਣਾ ਚਾਹੀਦਾ? ਉਹ 2010 'ਚ ਤੋਂ ਹੀ ਕਰਪਸ਼ਨ ਦੇ ਕੇਸਾਂ ਦੇ ਵਿੱਚ ਸਾਹਮਣਾ ਕਰਦਾ ਆ ਰਿਹਾ, 2010 ਤੋਂ ਜਦੋਂ ਆਮ ਆਦਮੀ ਪਾਰਟੀ ਬਣੀ ਨਹੀਂ ਸੀ। ਮੈਨੂੰ ਨਹੀਂ ਪਤਾ ਉਹ ਗਿਲਟੀ ਆ ਜਾਂ ਨਹੀਂ ਆ, ਕੀ ਕਸੂਰ ਆ, ਪਰ ਲਾ ਇਨਫੋਰਸਮੈਂਟ ਏਜੰਸੀਸ ਨੇ ਚੱਕਿਆ ਹੋਇਆ। ਦੂਜੇ ਪਾਸੇ ਇਹਨਾਂ ਨੇ ਪੰਜਾਬ ਦਾ ਮਿਨਿਸਟਰ ਜਿਹੜਾ ਮਾਨਸੇ ਤੋਂ ਸੀ ਉਹਨੂੰ ਇੱਕ ਸ਼ੱਕ ਦੇ ਬਿਨਾਂ 'ਤੇ ਚੱਕਿਆ ਹੋਇਆ, ਜਦਕਿ ਕੋਈ ਉਹਨੇ ਨਾ ਰਿਸ਼ਵਤ ਲਈ ਆ ਨਾ ਹੋਈ ਆ, ਇਹ ਕਿਤੇ ਗੱਲ ਹੋਈ ਆ। ਚਲੋ ਜੇ ਗੱਲ ਹੋਈ ਆ ਤਾਂ ਉਹ ਪੁੱਛੋ, ਇੱਕ ਪਾਸੇ ਤੁਸੀਂ ਉਹਨੂੰ ਚੱਕ ਕੇ ਜੇਲ੍ਹ 'ਚ ਸੁੱਟਦਾ, ਇੱਕ ਮਿਨਿਸਟਰ ਨੂੰ ਡਿਸਮਿਸ ਕਰਤਾ, ਦੂਜੇ ਪਾਸੇ ਤੁਹਾਡਾ ਨੈਸ਼ਨਲ ਏਜੰਸੀਸ ਨੇ ਮਿਨਿਸਟਰ ਚੱਕਿਆ, ਉਹਨੂੰ ਤੁਸੀਂ ਪਦਮ ਭੂਸ਼ਣ ਕਹਿ ਰਹੇ ਹੋ। ਇਹ ਜਿਹੜੀ ਦੋਗਲੀ ਨੀਤੀ ਆ ਪੰਜਾਬ ਸਰਕਾਰ ਵਿੱਚ, ਹਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਪੁਲਿਸ ਨੂੰ ਕਿ ਸਾਡਾ SSP ਕੀ ਕਹਿ ਰਿਹਾ, ਸਾਡਾ ਐਡਵੋਕੇਟ ਜਨਰਲ ਕੀ ਕਹਿ ਰਿਹਾ, ਹੂ ਇਜ਼ ਰਨਿੰਗ ਪੰਜਾਬ। ਇਹ ਕੁਸ਼ਚਨ ਮੂਸੇਵਾਲੇ ਦੀ ਫੈਮਿਲੀ ਦੇ ਵੀ ਠਾਏ ਨੇ, ਜਿਹੜੇ ਹੁਣ ਇਹ ਸੁਖਬੀਰ ਬਾਦਲ ਹੋਣੀ ਅੱਥਰੂ ਰੋਂਦੇ ਫਿਰਦੇ ਨੇ। ਇਹਨਾਂ ਨੇ ਸਟੇਜਾਂ 'ਤੇ ਕਿਹਾ ਹੋਇਆ ਵੀ ਇਹ ਕਾਤਲ ਆ, ਇਹ ਗੈਂਗਸਟਰ ਆ, ਇਹੀ ਕੁਛ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ। BJP ਇਹਨਾਂ ਨੂੰ ਦੋ ਕਰੋੜ
बीजेपी दो कदम अगे चल के उन्होंने कहा कि एंटी नैशनल आ, यह राष्ट्रवाद विरोधी आ, क्योंकि वह संत शहीद जरनैल सिंह भिंडरावाले नूं अपना नायक मानता सी। वो हुण जो इंटरव्यू सामने आ रही ने, जो मीडिया बारे तुसीं सवाल उठाए ने, मैं मानदा मीडिया ने अपनी पैरल ही एक इन्वेस्टिगेशन शुरू की हुई है। वो जिहड़ियां इक MLA पता नहीं किहड़ा जिहड़ा जाके DMC च मिल के आया, दो जिहड़े उहदे नाल इंजर्ड ने, वो पता नहीं कोई होर कहानी दसी जांदा, दूसरे वाले दे फादर साहब कुछ होर गल कह रहे आ, जिहड़े पिंड दे लोक आ कुछ होर कह रहे ने। मतलब कि पहली गल तो मतलब कि ये MLA उत्थे सिर्फ यह लैन गया सी, पता उन्हां दा कि उन्हां दीआं लिया के अपनियां TV ते इंटरव्यूआं देण लई गया सी। सही है, पहले दिन तक कोई लभ्या नहीं उत्थे, ना संस्कार ते कोई लभ्या। ਤੇ ਜਿਹੜੇ ਵਾਈਪਨ ਵਾਈਪਨ ਦੀ ਗੱਲ ਗਿਲ ਸਾਹਿਬ ਆਉਂਦੀ ਹੈ, ਵੈਪਨ ਤੇ ਤਾਂ ਪਾਉਣੇ, ਪਰ ਜਿਹੜੀ ਪੋਲਿਟਿਕਸ ਹੋ ਰਹੀ ਆ ਨੀਵੇਂ ਪੱਧਰ ਤੇ, ਕੀ ਆਪਾਂ ਹੁਣ ਇੱਥੇ ਗਵਰਨਰ ਰਾਜ ਲਵਾਉਣਾ ਚਾਹੁੰਦੇ ਹਾਂ? ਜਿਹੜੇ ਜਾ ਕੇ ਰਾਜ ਭਵਨ 'ਚ ਜਾ ਕੇ ਅਰਜ਼ੀਆਂ ਦੇ ਰਹੇ ਨੇ ਗਵਰਨਰ ਨੂੰ, ਇਹ ਆਪਣਾ ਰਜੀਮ ਭੁੱਲ ਗਏ? ਇਹ ਗੈਂਗਸਟਰਿਜ਼ਮ ਆਇਆ ਕਿੱਥੋਂ? ਆ ਜਿਹੜੇ ਪਿਛਲੇ 30 ਸਾਲਾਂ ਤੋਂ ਜਿਹੜੀਆਂ ਦੋ ਪਾਰਟੀਆਂ ਰਾਜ ਕਰਦੀਆਂ ਨੇ, ਸਾਰਿਆਂ ਨਾਲੋਂ ਦੁੱਖ ਵਾਲੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਨਮਦਾਤਾ ਗੈਂਗਸਟਰਿਜ਼ਮ ਦਾ, ਸੋਹਣੇ ਕਾਲਜਾਂ 'ਚ ਸਪੋਰਟਸ ਦੇ ਖਿਡਾਰੀ ਉਹ ਆਪਣੀਆਂ ਖੇਡਾਂ ਛੱਡ ਕੇ ਉਹ ਆਹ ਮਤਲਬ ਕਿ ਇੱਥੇ ਨਸ਼ੇ ਦਾ ਨਾਚ ਹੋ ਰਿਹਾ। ਤੁਸੀਂ ਦੇਖੋ ਗੰਨਾ ਪਿੰਡ ਸਾਰਾ ਘੇਰਿਆ ਪੁਲਿਸ ਨੇ, ਹੁਣ ਜਦੋਂ ਦੀ ਫਲੋਰ ਅਕੈਡਮੀ ਦਾ ਕੇਸ ਆਇਆ, ਇਹਨਾਂ ਨੂੰ ਹੁਣ ਯਾਦ ਆਇਆ ਹੈ? ਮਤਲਬ ਕਿ ਕਰਿਆਨਾ ਸਟੋਰ ਵਾਲੇ ਏਡੇ ਏਡੇ ਆਲੀਸ਼ਾਨ ਘਰ ਪਾਈ ਬੈਠੇ ਤੁਹਾਡੇ ਨੱਕਾਂ ਥੱਲੇ, ਤੁਹਾਡੀ ਅਕੈਡਮੀ ਦੇ ਕੋਲੇ ਪਿੰਡ ਆ ਉਹ ਫਲੋਰ 'ਚ। ਇਸ ਕਲਚਰ ਨੇ, ਡਰੱਗ ਕਲਚਰ ਨੇ ਹੀ ਗਨ ਕਲਚਰ ਲਿਆਂਦਾ ਹੈਗਾ, ਨੌਜਵਾਨੀ ਨੂੰ ਈਜ਼ੀ ਮਨੀ ਵੱਲ ਪ੍ਰੇਰਿਆ, ਕਿਉਂਕਿ ਤੁਹਾਡੇ ਖਜ਼ਾਨਿਆਂ 'ਚ ਅੱਜ 70% ਜਿਹੜੀ ਐਜੂਕੇਸ਼ਨ ਲੈਕਚਰਾਰਸ ਨੇ ਗਵਰਨਮੈਂਟ ਕਾਲਜਿਸ, ਉਹ ਪੋਸਟ ਵੇਕੈਂਟ ਪਈਆਂ ਨੇ ਸਿੰਸ 2003। 147 ਡਾਕਟਰ ਸੰਗਰੂਰ ਡਿਸਟ੍ਰਿਕਟ ਜਿੱਥੋਂ ਦਾ ਚੀਫ ਮਿਨਿਸਟਰ ਭਗਵੰਤ ਮਾਨ ਆ, ਉਹ ਪੋਸਟ ਵੇਕੈਂਟ ਪਈਆਂ ਨੇ। ਉਹਦਾ ਨਜ਼ਾਰਾ ਤੁਸੀਂ ਮਾਨਸੇ ਦੇਖ ਲਿਆ ਜਦੋਂ ਮੂਸੇਵਾਲੇ ਦੀ ਬੋਡੀ ਲੈ ਕੇ ਗਏ ਜੀ। ਜੇ ਅਸੀਂ ਪੋਸਟਾਂ ਦੇ ਨਾਲ ਗੱਲ ਕਰ ਲੈਣਾ ਜੀ, ਪੰਜਾਬ ਪੁਲਿਸ ਦਾ ਭਰਤੀ ਹੋ ਰਹੀ ਹੈ ਫਿਰ ਪੰਜਾਬ ਵਿੱਚ? ਅੱਗੇ ਹੀ ਮੈਂ ਪਹਿਲੇ ਵੀ ਇੱਕ ਵਾਰ ਕਿਹਾ ਸੀ ਕਿ ਜਿਹੜੀ ਡੈਂਸਟੀ ਆ ਪੁਲਿਸ ਦੀ, ਉਹ ਵੇ ਜ਼ਿਆਦਾ ਹੈਗੀ ਈਵਨ UP ਦੀ ਪੁਲਿਸ ਨਾਲੋਂ ਵੀ। ਐਸ ਪਰ 100,000 ਪੀਪਲ, ਇੱਥੇ 242 ਪੁਲਿਸਮੈਨ ਨੇ ਪਰ 100,000, 1,00,000 ਬੰਦੇ ਮਗਰ। UP ਵਿੱਚ 117-175 ਔਰ ਸਮਥਿੰਗ ਬੰਦੇ ਨੇ, ਰਾਜਸਥਾਨ ਸਾਡੇ ਨਾਲ ਘੱਟ ਨੇ, ਵੈਸਟ ਬੰਗਾਲ। ਆਪਾਂ ਨੂੰ ਪੁਲਿਸ ਭਰਤੀ ਦੀ ਲੋੜ ਨਹੀਂ, ਆਪਾਂ ਨੂੰ ਧਰਾਤਲ ਨੂੰ ਸੁਧਾਰਨ ਦੀ ਲੋੜ ਆ। ਇੱਥੇ ਕੋਈ ਤੁਸੀਂ ਇੱਥੇ ਨੂੰ ਡੀਪ ਸਟੇਟ ਬਣਾਉਣਾ, 50 ਕਿਲੋਮੀਟਰ ਤੱਕ ਤਾਂ ਤੁਹਾਡੀ BSF ਅੰਦਰ ਬੈਠੀ ਆ, 10 ਕੰਪਨੀਆਂ ਤੁਸੀਂ CRPF ਦੀਆਂ ਲੈ ਆਏ ਹੁਣ ਪੰਜਾਬ 'ਚ, ਹੁਣ ਤੁਸੀਂ ਹੋਰ ਪੁਲਿਸ ਵਧਾਉਣੀ ਆ, ਤਾਂ ਕਿ ਜਿਹੜੇ 1,000 ਬੰਦੇ ਤੋਂ ਉੱਤੇ ਭਗਵੰਤ ਮਾਨ ਨੂੰ ਗਾਰਡ ਕਰਦਾ ਜਾਂ 50 ਬੰਦੇ ਰਾਘਵ ਚੱਡੇ ਨੂੰ ਕਰਦੇ, ਆਪਣੇ ਘਰੇ ਹੀ ਸੋਣੀਆਂ ਲਾ ਲਓ। ਪੰਜਾਬ ਦੇ ਲੋਕਾਂ ਨੂੰ ਤੋਂ ਡਰਾ ਰਹੇ ਹਾਂ, ਸਾਡਾ ਤਾਂ ਕੋਈ ਵਾਰਸ ਹੈ ਨਹੀਂ ਇੱਥੇ। ਇੱਥੇ ਜੋ ਸਿਕਿਉਰਿਟੀ ਦੀ ਗੱਲ ਆਉਂਦੀ ਹੈ, ਰਾਘਵ ਚੱਡਾ ਹੋਰਾਂ ਦਾ ਤੁਸੀਂ ਜ਼ਿਕਰ ਕੀਤਾ, ਤਾਂ ਪੰਜਾਬ ਦੇ ਪ੍ਰਸ਼ਾਸਨ ਦੀ ਜਾਂ ਕੈਬਨਿਟ ਦੀ ਕੋਈ ਅਹਿਮ ਮੀਟਿੰਗ ਹੁੰਦੀ ਹੈ, ਉੱਥੇ ਰਾਘਵ ਚੱਡੇ ਵਰਗੇ ਬੈਠੇ ਹੁੰਦੇ ਆ, ਉਹਨਾਂ ਦਾ ਕੋਈ ਰੋਲ ਨਹੀਂ। ਦੂਜੀ ਗੱਲ ਹੈ ਕਿ ਪੰਜਾਬ ਦੀ ਰਾਜ ਸਭਾ ਦੇ ਵਿੱਚ ਹੁਣ ਜਿੰਨੇ ਵੀ ਮੈਂਬਰ ਭੇਜੇ ਗਏ ਨੇ, ਲੱਗਦੇ ਹੱਥ ਉਹਨਾਂ ਦੀ ਵੀ ਗੱਲ ਆਪਾਂ ਸੰਤ ਸੀਚੇਵਾਲ ਸਮੇਤ ਸਾਨੀ ਹੋਰਾਂ ਦੀ ਕਰ ਲਈਏ, ਇਹਨਾਂ 'ਚੋਂ ਕੀ ਲੱਗਦਾ ਕਿ ਪੰਜਾਬ ਦੀ ਗੱਲ ਕਰਨ ਵਾਲਾ ਹਾਲੇ ਵੀ ਕੋਈ ਹੈਗਾ ਜਾਂ ਫਿਰ ਦਿਖਾਵਾ ਹੀ ਹੈ ਸਾਰਾ? ਜਿਹੜਾ ਇਹਨਾਂ ਨੇ ਹੁਣ 2 ਬੰਦੇ ਲਾਏ ਆ, ਇੱਕ ਤਾਂ ਬਾਬਾ ਸੀਚੇਵਾਲ ਆਇਆ, ਸਾਨੂੰ ਬਾਬਿਆਂ ਦੀ ਲੋੜ ਨਹੀਂ, ਸਾਨੂੰ ਸਮਝ ਵਾਲੇ ਸਿਆਸਤਦਾਨ ਦੀ ਲੋੜ, ਜਿਹਦਾ ਕੋਈ ਇਤਿਹਾਸ ਹੋਵੇ, ਜਿਹੜਾ 1984 ਵਿੱਚ ਕਿੱਥੇ ਖੜਾ ਸੀ। 2 ਵੱਡੇ ਸਾਕੇ ਹੋਇਆ 1984 ਸਿੱਖਾਂ ਨਾਲ, ਉਸ ਤੋਂ ਬਾਅਦ ਨੰਗਾ ਨਾਚ ਹੋਇਆ, ਗੋਬਿੰਦ ਰਾਮ ਮਰ ਗਿਆ ਨੇ, ਪੰਜਾਬ ਪੁਲਿਸ ਨੇ ਇੱਥੇ ਕੀਤਾ, ਇਹਨਾਂ ਨੇ ਜਬਰੀ ਰੇਪ ਕੀਤੇ ਨੇ, ਪਿੰਡਾਂ ਦੇ ਪਿੰਡ ਉਜਾੜੇ ਨੇ। ਇੱਕ ਗੋਬਿੰਦ ਰਾਮ ਨਹੀਂ ਗਾ, ਇੱਥੇ ਕਈ ਬੂਆ ਦਾਸ ਹੋਏ ਨੇ, ਕਈ ਸੈਣੀ ਹੋਏ ਨੇ, ਇੱਕ ਨਹੀਂ ਗਾ। ਅੱਜ ਇੱਦਾਂ ਦੇ ਅਜਹਾਰ ਆਲਮ ਵਰਗੇ ਦਰਿੰਦੇ ਹੋਏ ਨੇ, KPS ਗਿੱਲ ਦੀ ਕਮਾਂਡ ਆਈ ਆ, ਇਹ ਚੀਜ਼ਾਂ ਦੇ ਜਿਹੜੇ ਸੇਕ ਨੇ ਉਹ ਭਗਤ ਸਿੰਘ ਵਰਗਿਆਂ ਦੀਆਂ ਫੈਮਲੀਆਂ ਨੂੰ ਵੀ ਲੱਗੇ ਨੇ। ਸਹੀ, ਇਹਨਾਂ ਨੇ ਅਫਸਰ ਬਚਾਏ ਨੇ। ਹੁਣ 34 ਸਾਲਾਂ ਬਾਅਦ ਅਲਾਹਾਬਾਦ ਹਾਈ ਕੋਰਟ ਨੇ ਬੇਲ ਰਿਜੈਕਟ ਕੀਤੀ 34 ਪੁਲਿਸਮੈਨ, ਉਹ ਕਾਹਦੇ ਲਈ ਕੀਤੀ? ਕਿਉਂਕਿ ਉਹਨਾਂ ਨੇ 10 ਬੇਕਸੂਰ 11 ਸਿੱਖ ਬੱਸ 'ਚੋਂ ਲਾਹ ਕੇ ਮਾਰੇ ਸੀ ਉੱਧਰ ਪੀਲੀਭੀਤ।
ਉਹਦਾ ਹਜੇ ਇਨਸਾਫ ਨਹੀਂ ਮਿਲਿਆ ਆਪਾਂ ਨੂੰ। ਇੱਥੇ ਮੈਂ ਕੱਲ ਹੀ ਪੜ੍ਹ ਰਿਹਾ ਸੀ ਕਿ ਪਿੰਡਾਂ ਦੇ ਪਿੰਡ ਉਜਾੜੇ ਨੇ ਗੋਵਿੰਦ ਰਾਮ ਨਾਲ। ਇਹ ਆਪ ਹੀ ਜਿਹੜੇ ਕਹਿੰਦੇ ਆ ਨਾ ਕਿ ਸਿੱਖ ਸਟਰਗਲ ਦਾ ਤਾਂ ਲੁਟੇਰੇ ਸੀ, ਕਾਲੇ ਦਿਨ ਸੀ, ਕਾਲੇ ਦਿਨ ਨਹੀਂ ਸੀ, ਅਸੀਂ ਸੁਨਹਿਰੇ ਦਿਨਾਂ ਲਈ ਲੜ ਰਹੇ ਸੀ, ਕਾਲੇ ਦਿਨ ਤੁਸੀਂ ਲਿਆਂਦੇ ਆ। ਜਿਹਨਾਂ ਨੂੰ ਗੈਲੰਟਰੀ ਅਵਾਰਡ ਦਿੱਤੇ ਨੇ, ਬੰਦਾ ਕੋਈ ਮਾਰਿਆ, ਇਨਾਮ ਕਿਹਦਾ ਲਿਆ, ਬਾਅਦ 'ਚੋਂ ਬੰਦਾ ਜਿਹਨੂੰ ਕਹਿੰਦੇ ਸੀ ਅਸੀਂ ਮਾਰਤਾ ਉਹ ਜ਼ਿੰਦਾ ਹੋ ਗਿਆ, ਕੋਈ ਮਰਿਆ ਵਿਚਾਰਾ ਮਰਨ ਵਾਲਾ ਸਾਨੂੰ ਚੱਕ ਕੇ ਲੈ ਗਏ, ਫਿਰ ਆ ਕੇ ਲਿਆ ਕੇ ਇਹਨਾਂ ਨੇ ਮਾਰਤਾ ਸ਼ਿਵ ਕੁਮਾਰ ਵਰਗਿਆਂ ਨੇ। ਇੱਥੇ ਬੜਾ ਵੱਡਾ ਨੰਗਾ ਨਾਚ ਹੋਇਆ। ਉਦੋਂ ਬਾਬਾ ਸੰਤ ਸੀਚੇ ਵਾਲ ਕਿੱਥੇ ਸੀ? ਸਾਡੇ ਅਸੀਂ ਪਾਣੀ ਸਾਫ਼ ਕਰਦੇ ਨੇ, ਬਹੁਤ ਵਧੀਆ ਗੱਲ ਹੈ, ਮੈਂ ਕਹਿੰਦਾ ਸ਼ੁੱਡ ਬੀ ਇਨਵਾਇਰਮੈਂਟ ਸ਼ੁੱਡ ਬੀ ਏ ਮੇਨ ਇਸ਼ੂ, ਬਟ ਦੇਰ ਆਰ ਅਦਰ ਪ੍ਰਾਈਮ ਇਸ਼ੂਸ। ਸਾਡੇ ਪਾਣੀ ਖੋਲ੍ਹੇ, ਸਾਡੇ ਡੈਮ ਇਹਨਾਂ ਨੇ ਖੋਲ੍ਹੇ, ਸਾਡਾ ਚੰਡੀਗੜ੍ਹ ਖੋਲ੍ਹਿਆ, ਸਾਡੇ ਪੰਜਾਬੀ ਬੋਲਦੇ ਏਰੀਏ ਨੇ ਦੇ ਰਹੇ, ਸਾਡੀ ਖੁਦ ਮੁਖਤਿਆਰੀ ਨੱਪੀ ਬੈਠੇ ਆ ਇਹ, ਜਿਹੜੇ ਬਾਅਦ ਇਹ ਆਜ਼ਾਦੀ ਤੋਂ ਪਹਿਲੇ ਸਾਡੇ ਨਾਲ ਕਰਕੇ ਆਏ ਸੀ। ਐਂ ਸਾਨੀ ਲੈ ਲਓ, ਸਾਨੂੰ ਕੋਈ ਆਸਾ ਸਿੰਘ ਮਸਤਾਨਾ ਨਹੀਂ ਚਾਹੀਦਾ ਜਿਵੇਂ ਬਣਨਾ ਚਾਹੁੰਦਾ, ਸਾਨੂੰ ਕੋਈ ਸਿਆਸਤਦਾਨ ਚਾਹੀਦਾ, ਸੂਝਵਾਨ ਸਿਆਸਤਦਾਨ ਜਿਹੜਾ ਧਰਾਤਲ ਨਾਲ ਜੁੜਿਆ ਹੋਵੇ। ਹੁਣ ਮੂਸੇ ਵਾਲੇ 'ਤੇ ਹੀ ਗੱਲ ਲੈ ਲਓ, ਕੀ ਬੋਲਿਆ ਬਾਬਾ ਸਿੰਘ ਸੀਚਾ ਵਾਲਾ? ਬੋਲਿਆ ਕੋਈ ਲਫ਼ਜ਼? ਕੋਈ ਬੋਲਿਆ ਸਾਨੀ? ਉਹ ਦਿੱਲੀ ਦੇ ਬੈਠੇ ਦੇ ਜੋ ਕੱਲ੍ਹ ਤੱਕ ਉਹ ਮੋਦੀ ਨਾਲ ਸੀ, ਉਸ ਤੋਂ ਪਹਿਲੇ ਉਹ ਗਾਂਧੀਆਂ ਨਾਲ ਸੀ, ਉਸ ਤੋਂ ਬਾਅਦ ਕੋਈ ਹੋਰ ਆਇਆ ਉਹਦੇ ਮਗਰ ਚਲੇ ਗਏ, ਜੇ ਬਾਦਲਾਂ ਦਾ ਜ਼ੋਰ ਪੈ ਗਿਆ ਤਾਂ ਬਾਦਲਾਂ ਨਾਲ ਚਲੇ ਗਏ। ਉਹਨਾਂ ਦਾ ਜਿਨ੍ਹਾਂ ਦਾ ਕੋਈ ਇਹੀ ਸਟੈਂਡ ਨਹੀਂ ਕਿ ਉਹਨਾਂ ਦੀ ਸੋਚ ਕੀ ਆ, ਸੋਚ ਦਾ ਮੇਰਾ ਖਿਆਲ ਆਪ ਆਦਮੀ ਪਾਰਟੀ ਦੀ ਵੀ ਕੋਈ ਵਿਚਾਰਧਾਰਾ ਨਹੀਂ। ਕਦੀ ਇਹ ਗਾਂਧੀ ਬਣਦੇ ਨੇ, ਹੁਣ ਇਹ ਭਗਤ ਸਿੰਘ ਬਣ ਗਏ ਨੇ, ਗੁਜਰਾਤ ਜਾ ਕੇ ਹਿੰਦੂ ਰਾਸ਼ਟਰਵਾਦੀ ਬਣਦੇ ਨੇ, ਹਿਮਾਚਲ 'ਚ ਜਾਂਦੇ ਨੇ ਤਾਂ ਹਿੰਦੂਵਾਦੀ ਰਾਸ਼ਟਰਵਾਦੀ ਬਣਦੇ ਨੇ। ਕੇਜਰੀਵਾਲ ਹੁਣ ਬੋਲ ਰਿਹਾ ਕਿ ਜੀ ਕਸ਼ਮੀਰੀ ਪੰਡਤਾਂ 'ਤੇ ਮੈਨੂੰ ਪਤਾ ਵੀ ਬਹੁਤ ਮਾੜੀ ਗੱਲ ਆ ਜੋ ਕਸ਼ਮੀਰ 'ਚ ਹੋ ਰਿਹਾ, ਪਰ ਇਹ ਵੀ ਬੋਲੋ ਵੀ ਕਸ਼ਮੀਰ 'ਚ ਮੁਸਲਮਾਨਾਂ ਦਾ ਕੀ ਕਿੰਨਾ ਬੁਰਾ ਹਾਲ ਹੈ, ਉੱਥੇ ਪ੍ਰੈਸ ਦਾ ਕਿੰਨਾ ਬੁਰਾ ਹਾਲ ਆ, ਕਿੰਨੇ ਬੇਕਸੂਰ ਬੰਦੇ ਬੰਦ ਕੀਤੇ ਹੋਏ ਨੇ, ਆਰਮੀ ਬੂਟਸ ਨਾਲ ਉੱਥੇ ਰਾਜ ਕੀਤਾ ਜਾ ਰਿਹਾ। ਮਤਲਬ ਕਿ ਇਹ ਨਹੀਂ, ਇਹਦਾ ਮਤਲਬ ਇਹ ਨਹੀਂ ਗਾ ਕਿ ਆਰਮੀ ਉੱਥੇ ਜ਼ੁਲਮ ਕਰ ਰਹੀ ਹੈ ਤਾਂ ਆਪਾਂ ਹੁਣ ਹਿੰਦੂ ਮਾਰੀਏ, ਇਹ ਪਾਲਿਸੀ ਬਿਲਕੁਲ ਗਲਤ ਆ। ਇੱਥੇ ਤੁਹਾਡੀ ਕਾਨੂੰਨ ਵਿਵਸਥਾ ਅਤੇ ਕਸ਼ਮੀਰੀਆਂ ਦਾ ਟੋਟਲ ਮਤਲਬ ਕਿ ਵਿਸ਼ਵਾਸ ਉੱਠ ਗਿਆ। ਤੁਸੀਂ ਦੂਜੇ ਪਾਸੇ ਕਸ਼ਮੀਰੀ ਪੰਡਤਾਂ ਬਾਰੇ ਤਾਂ ਦੁੱਖ ਜਿਤਾਓ, ਮੈਂ ਕਹਿੰਦਾ ਜੀ ਸੜ ਕੇ ਜਿਤਾਓ, ਪਰ ਜਿਹੜੇ ਇੱਥੇ ਬਨਵਾਰ ਲਾਲ ਨੇ ਮੱਧਿਆ ਪ੍ਰਦੇਸ਼ ਦੇ ਵਿੱਚ ਕੁੱਟ ਕੁੱਟ ਕੇ ਮਾਰ ਦਿੰਦੇ ਆ ਵੀ ਨਹੀਂ ਤੂੰ ਹਿੰਦੂ ਨਹੀਂ ਤੂੰ ਮੁਹੰਮਦ ਆ, ਉਹਨੂੰ ਤਾਂ ਮਾਰ ਰਿਹਾ, ਕਹਿੰਦਾ ਤੁਸੀਂ ਇਹ ਦੇਖੋ ਵੀ ਉਹ ਬੰਦਾ ਫੜਿਆ ਗਿਆ, ਇਹ ਹੁਣੇ ਰੀਸੈਂਟ ਐਸੇ ਵੀਕ ਦੀ ਗੱਲ ਆ ਪਿਛਲੇ, ਜੈਨ ਸੀ ਬਨਵਾਰ ਲਾਲ ਜੈਨ, ਉਹ ਕਹਿ ਰਿਹਾ ਮੈਂਟਲੀ ਥੋੜ੍ਹਾ ਡਰੇਨ ਸੀਗਾ ਕਿ ਮੈਂ ਹਿੰਦੂ ਹਾਂ, ਕਹਿੰਦੇ ਨਹੀਂ ਨਹੀਂ ਤੂੰ ਮੁਹੰਮਦ ਆ, ਉਹਨੂੰ ਸੋਟੀਆਂ ਮਾਰ ਮਾਰ ਮਾਰਤਾ, ਜਿਵੇਂ ਮੂਸੇ ਵਾਲੇ ਦੇ ਕੇਸ ਵੇਲੇ ਹੋਇਆ, ਲੋਕਾਂ ਨੂੰ ਵੀਡੀਓ ਬਣਾਉਣ ਦੀ ਜ਼ਿਆਦਾ ਕਾਹਲੀ ਸੀ, ਰੈਦਰ ਦੈਨ ਕਿ ਉਹਨੂੰ ਬਾਹਰ ਕੱਢਦੇ ਚੱਕ ਕੇ ਹਸਪਤਾਲ ਲੈ ਕੇ ਜਾਂਦੇ। ਇੱਥੇ ਗੁੱਡ ਸਮਾਰਟੇਰੀਅਨ ਜਿਹੜੀ ਟਰਮ ਆ ਨਾ ਕਿ ਕਿਵੇਂ ਇੱਕ ਚੰਗੇ ਨਾਗਰਿਕ ਹੋਣਾ, ਉਹ ਜ਼ਿਆਦਾ ਜ਼ਰੂਰਤ ਆ, ਉਸ ਚੀਜ਼ ਵਾਰ ਵਾਰ ਐਕਸਪੋਜ਼ ਹੋ ਰਹੀ ਆ। ਇੱਥੋਂ ਬੱਸਾਂ ਰੋਕ ਕੇ ਲੁੱਟਾਂ ਹੋ ਰਹੀਆਂ ਨੇ, ਤੁਹਾਡੀ ਇੰਟੈਲੀਜੈਂਸ ਹੈੱਡਕੁਆਟਰ 'ਤੇ ਗੋਲੇ ਚੱਲ ਰਹੇ ਨੇ ਅਤੇ ਤੁਸੀਂ ਉਹਦਾ ਕੋਈ ਜਵਾਬ ਨਹੀਂ ਦੇ ਰਹੇ। ਅਜੇ ਤੱਕ ਚੀਫ ਮਿਨਿਸਟਰ ਭਗਵੰਤ ਮਾਨ ਦਿਖਿਆ ਨਹੀਂ ਗਾ, ਇਹ ਆਪ ਇਹਨਾਂ ਨੂੰ ਗੈਂਗਸਟਰ ਮੰਨਦੇ ਰਹੇ ਨੇ ਮੂਸੇ ਵਾਲੇ ਨੂੰ, ਇਹਨਾਂ ਦੀ ਪਾਰਟੀ ਬਿਲਕੁਲ। ਦੂਸਰੇ ਪਾਸੇ ਗਿੱਲ ਸਾਹਿਬ ਜਦੋਂ ਗੱਲ ਆਉਂਦੀ ਹੈ ਜੂਨ ਦੀ ਤੇ ਫਿਰ ਹਾਲਾਤ ਉਹੀ ਆਉਂਦੇ ਆ, ਵਾਰ ਵਾਰ ਚਰਚਾ ਤਾਂ ਹੋ ਜਾਂਦੀ ਹੈ, ਕੁਛ ਕੁ ਗੱਲਾਂ ਹੋ ਜਾਂਦੀਆਂ ਨੇ, ਅਸਲ ਦੇ ਵਿੱਚ ਇਹਦੇ ਵੱਡੇ ਕਾਰਨ ਤੁਸੀਂ ਕੀ ਸਮਝਦੇ ਹੋ ਕਿ ਇਹ ਜੋ ਆਪਰੇਸ਼ਨ ਬਲਿਊ ਸਟਾਰ ਹੋਇਆ, ਅੱਜ ਤਾਂ ਵਰੇਗੰਢ ਮਨਾਈ ਜਾ ਰਹੀ ਹੈ, ਉਹੀ ਤੁਹਾਡੇ ਵਾਲੀ ਗੱਲ ਕਿ ਸਿਕਿਉਰਿਟੀ ਲਾਤੀ, ਦਲ ਖਾਲਸਾ ਕਹਿੰਦੇ ਕਿ ਅਸੀਂ ਮਾਰਚ ਕਰਾਂਗੇ, ਦੂਸਰੇ ਕਹਿੰਦੇ ਕਰਨ ਨਹੀਂ ਦੇਣਾ, ਉੱਥੇ ਜਿਹੜੀਆਂ ਕੁਛ ਕੱਟੜਪੰਥੀ ਧਿਰਾਂ ਹਿੰਦੂ ਤਵੀ ਕੱਟੜਪੰਥੀ ਧਿਰਾਂ ਉਹ ਵੀ ਸਰਗਰਮ ਨੇ, ਕਲੈਸ਼ ਹਰੇਕ ਵਾਰ ਹੁੰਦਾ ਉਹੀ ਡਰ ਹੁੰਦਾ। ਤੇ ਗੱਲ ਫਿਰ ਉੱਥੇ ਆਉਂਦੀ ਹੈ ਕਿ ਜਿਹੜੇ ਤੋਪਾਂ ਨਾਲ ਸਾਡੇ ਦਰਬਾਰ ਢਾਉਂਦੇ ਰਹੇ, ਅਸੀਂ ਉਹਨਾਂ ਦੀਆਂ ਗੱਲਾਂ ਵਿੱਚ ਹਾਰ ਪਾਉਂਦੇ ਰਹੇ। ਜਿਹੜੀ 38 ਸਾਲਾਂ ਦੀ ਪੀੜ ਚੱਲੀ ਹੁੰਦੀ ਹੈ ਨਾ, ਇਹ ਕੋਈ ਆਪਰੇਸ਼ਨ ਬਲੂ ਸਟਾਰ ਨਹੀਂ ਸੀਗਾ, ਇਹ ਘੱਲੂਘਰ ਸੀ। ਅਸੀਂ ਸਾਕੇ ਦੀ ਯਾਦ ਮਨਾਉਂਦੇ ਹਾਂ, ਵਰੇਗਾਂਢ ਨਹੀਂ ਮਨਾਉਂਦੇ। ਜਿਹੜੇ ਇਹ ਸੋ ਕਾਲਡ ਦਲ ਖਾਲਸਾ ਜਾਂ ਜੋ ਵੀ ਹੈਗੇ ਆ, ਅਸੀਂ ਬੰਦ ਕਦ ਨਹੀਂ ਕਰਾਉਣਾ, ਨਾ ਤੁਹਾਡੇ ਕਹੇ 'ਤੇ ਬੰਦ ਹੋਣਾ। ਆਪਾਂ ਹੁਣ ਤੱਕ ਕੋਈ ਪ੍ਰੋਗਰੈਸਿਵ ਸੋਚ ਲੈ ਆਈਏ, ਬੰਦਾਂ ਦੀ ਰਾਜਨੀਤੀ ਤੋਂ ਬਾਹਰ ਆ ਜਾਓ, ਸਿਰਫ ਜਸਟ ਫੋਰ ਦਾ ਸੇਕ ਆਫ ਟੈਲਿੰਗ ਯੋਰ ਪ੍ਰੈਜੈਂਸ, ਜਿਵੇਂ ਸਿਮਰਨਜੀਤ ਮਾਨ ਵਰਗੇ ਜਾ ਕੇ ਉੱਥੇ ਨਾਰਾ ਲਾ ਲੈਂਦੇ, ਹਰ ਸਾਲ ਕਿਰਪਾਨਾਂ ਚਲਾ ਕੇ ਆਉਂਦੇ ਆ ਜੀ। ਇੱਥੇ ਤਿੰਨ ਤਿੰਨ ਮਤਵਾਜੀ ਜਥੇਦਾਰ ਬਣੇ ਬੈਠੇ ਨੇ, ਇੱਕ ਮੰਡ ਬਣਿਆ ਹੋਇਆ, ਇੱਕ ਜਥੇਦਾਰ ਹਵਾਰਾ ਬਣਿਆ ਹੋਇਆ, ਇੱਕ ਜਿਹੜੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ।
उत्ते संदेश की देना उन्होंने, मतलब कि मैं घल्लूघर साके की अहमियत से बाद चाहना, पहले जी स्टेट ऑफ अफेयरस है ना, मतलब कि अपनी सिख रिलीजियस लीडरशिप सिख पोलीटिकल लीडरशिप जो आप कोई यादगार मनाने आप कत्तरता करते हैं, आप कारण लभण की कोशिश करते हैं कि एस आप इस मोड़ पर आप आए किमें, अज तक भारत सरकार ने 38 साल हो गए उसका कोई जवाब नहीं दिता कि वट वॉज द मेन रीजन बिहाइंड दैट अटैक। तुसी उत्थे पिलग्रम्स मारे ने, इनोसेंट्स मारे ने, 12,000 तो उत्ते जो ये अंडिस मतलब कि कोई अपने को ऑथेंटिक फिगर है नहीं कि किन्ने बंदे उत्थे मरे ने, जिहड़ियां क्यासकारियां ये भी है कि 12,000 तो उत्ते इन्हां नूं जोड़े मिले सी, क्योंकि अंदर पैर नंगे पैर ही जाना ना, जोड़े घर चों इन्ने जोड़े मिले सी, वह जोड़े सीगे कि जो बंदे कित्थे आ। ये वॉर क्राइम्स होया है, क्राइम्स अगेन अगेंस्ट ह्यूमैनिटी होया, वो आप केस अज तक सिख पुट्टा नहीं कर सके, क्योंकि जिस आदेश ना इंदिरा गांधी आई सी उन्हें कहा कि जिहड़ी ये चिड़चिड़ा सिख कौम की, जिन्हां ने एमरजेंसी जो इंदिरा गांधी कह रही थी कि मेरे ना पंगा ना लो, तुसी जो कहने असी करांगे, ये तो हुण रैकर्ड सामने आ रहा ना, इन्हां ने जाके उत्थे पंगा लिया दिल्ली च सिर्फ अपनी चौधर बनाउण लई। हुण अनअलानी अनडिक्लेयर्ड एमरजेंसी इंडिया च किवें नंगा नाच कश्मीर च हो रहा, किवें नंगा नाच मध्य प्रदेश जो मुसलमाना ना हो रहा, उत्थे फिर इन्हां दी उह कित्थे गई हुण जिहड़ी कहिंदे सी असीं तां अन्याय दे खिलाफ खड़ना। सही, तुसीं तां आप राज चा के इन्ने जुल्म कीते आ, किसे अज तक बंदी सिंह लै पहले ना कदी खड़ गए। सही, इस चीज की कड़ कढ़ लई इंदिरा गांधी ने आके अटैक किया इंडियन आर्मी अटैक, ये कोई मतलब के ऐ नहीं सीगा कि जदे ही हो गया, इट वॉज ए प्री प्लैंड थिंग एज पर सेइंग ऑफ मिस्टर बी डी पांडे जेडे उस टाइम से गवर्नर से पंजाब, तो मैनू दिसंबर में ही कह दिता गया कि अपनी प्रैपरेशन करो आप अटैक करना ही करना, जबकि बी डी पांडे हैज वेरी स्ट्रोंग रेजरवेशन कि आप ना करिए, जनरल सुंदर जी ये कह रहे थे कि आप ना करिए, जनरल वैद्या कहता से नहीं आप करना, जब एयर चीफ जरा दलबाग सिंह कहता से नहीं करो कुछ नहीं होंगे, ज्ञानी जैल सिंह इन्होंने नेरे च रखिया, इन्हू नहीं पता नेरे च रहा क्या, अपने आप उन्हें कन्न अखा बंद कर दिया, पर उन्होंने जेडे भी सिख पोजिशन से पावर च उस टाइम से उन्होंने अखा मीच विचे अकाली लीडरशिप आ, इन्हों की धर्म युद्ध मोर्चा की सियासत ने एक पासे एजिटेशन कर रहे थे, दूजे पासे बैकडोर चैनल्स ना इंदिरा गांधी ना गल कर रहे थे, इन्होंने उन्होंने हौसले बधाए भी आज कुछ निकला, वह सेक अज 38 साल तक आप भुगत रहे हैं, मैं कहना अपनी यादगार मनाओ पर इन्हें मीनिंगफुल मैनर, ना कि उत्थे जाके एक दूजे दियां पग्गां लाओ कृपाना चलाओ, अज वी नीड पीस इन पंजाब एंड वी नीड आंसर्स फॉर दैट घल्लूघरा फ्रॉम द इंडियन गवर्नमेंट एंड फ्रॉम द वर्ल्ड कम्युनिटी के वाई दिस हैज नॉट बीन पुट अप एज ए क्राइम्स अगेंस्ट ह्यूमैनिटी इशू, जस्ट लाइक दे डिड इन श्रीलंका, श्रीलंका जे 40,000 तमिल मारिया राजपक्षिया ने जेडे अज सत्ता तो उन्होंने एक तो भजाता दूजा भी भजा देना लोगों ने, उस चीज बारे यूएन की कमेटी बैठ के उन्होंने वॉर क्राइम्स के केस रजिस्टर होया हुआ, वो इन्वेस्टिगेशन चल रही ने, उदू घना साका पंजाब च होया, आपां नूं आ जवाब इहदे ते हुण भी कार्रवाई हो सकती है, हुण भी इसी केस फाइल वॉर क्राइम्स इहदा कोई टाइम लिमिट थोड़ा, एनी टाइम इट कुड बी फाइल विद द यूएन, पर वो तां फाइल होगा जे इत्थे सिख लीडरशिप कोई सुहिरद होगी, उन्हों वैस्ट च बैठे सिख भी सहयोग देन, सगों इन्हों मतलब के बैठ के डायलाग होना चाहिए, इतने सानू फोके नारे नहीं चाहिए, ना गिदड़ भंकियां चाहिए बाहरों, सानू इतने एक योग उपराला चाहिए कि जेडे क्राइम्स अगेंस्ट ह्यूमैनिटी हुए जिदा के गोबिंद राम मर गया ने इतने बुचड़खाने किए के पी एस गिल की कमांड थले, उन्होंने बच्चे तो अज भी IAS लगे हुए, साडियां तो नस्ल ही खा गए, तुम यही सरकार अकाली दल अजहार आलम वर्गिया सत्कार दियां रही ने, DGP सैनी वर्गिया DGP लाते रहे हैं,
ਇੱਥੇ ਦਿਨਕਰ ਗੁਪਤੇ ਹੁਣੇ ਵੀ ਡੀ ਜੀ ਪੀ ਲੱਗ ਕੇ ਚਲੇ ਗਏ। ਇਹ ਬਹੁਤ ਹੀ ਅਫਸਰਸ਼ਾਹੀ ਜਿਨ੍ਹਾਂ ਦੇ ਹੱਥ ਰੰਗੇ ਹੋਏ ਸੀ ਖੂਨ ਨਾਲ, ਨੌਜਵਾਨੀ ਦੇ ਖੂਨ ਨਾਲ ਸਿੱਖ ਦੇ, ਉਹਨਾਂ ਨੂੰ ਇਹਨਾਂ ਨੇ ਨਵਾਜਿਆ। ਵੀ ਨੀਡ ਆਨਸਰਸ ਟੂ ਦੈਟ ਇਸ਼ੂਜ, ਇਹ ਤਾਂ ਹੀ ਆਨਸਰਸ ਲੱਭਣਗੇ। ਇੱਕ ਰੈਦਰ ਦੈਨ ਗਿਵਿੰਗ ਸੰਦੇਸ਼, ਆਪਾਂ ਨੂੰ ਬੈਠ ਕੇ ਵਿਚਾਰਨਾ ਚਾਹੀਦਾ ਕਿ ਹੂਜ਼ ਗੋਨੋ ਲੀਡ ਅਸ ਐਂਡ ਦੈਨ ਵੀ ਕੈਨ ਮੂਵ ਟੂਵਰਡਸ ਦਾ ਆਨਸਰਸ। ਦਿਸ ਇਜ਼ ਦਾ ਸਲਿਊਸ਼ਨ ਓਰੀਐਂਟਡ ਅਪਰੋਚ, ਨੋਟ ਏ ਕਨਫਲਿਕਟ ਮਤਲਬ ਕਿ ਬੇਸਡ ਅਪਰੋਚ। ਜੀ ਨੀਲ ਸਾਹਿਬ, ਇੱਕ ਮਸਲਾ ਜਿਹੜਾ ਉਹ ਸਿੱਧੂ ਮੂਸੇਵਾਲੇ ਤੋਂ ਪਹਿਲਾਂ ਚੱਲ ਪਿਆ ਸੀਗਾ, ਉਹਦੇ ਘਟਨਾਕ੍ਰਮ ਤੋਂ ਪਹਿਲਾਂ ਤੇ ਹੁਣ ਪੂਰਾ ਚਰਚਾ ਦੇ ਵਿੱਚ ਆ, ਉਹ ਹੈ ਸਿਕਿਉਰਿਟੀ ਦਾ ਇਸ਼ੂ। ਸਿਕਿਉਰਿਟੀ ਵੀ ਆਈ ਪੀ ਦੀ ਘਟਾਈ ਗਈ, ਹਾਲਾਂਕਿ ਕੁਛ ਦੀ ਵੱਧ ਵੀ ਗਈ, ਤੇ ਦੂਸਰੇ ਪਾਸੇ ਇਹ ਹੈ ਕਿ ਇਹ ਜਿਹੜੇ ਸੈਂਸਿਟਿਵ ਇਸ਼ੂ ਹੁੰਦੇ ਨੇ, ਕੌਨਫੀਡੈਂਸ਼ੀਅਲ ਫਾਈਲਸ ਹੁੰਦੀਆਂ, ਇਹ ਪਬਲਿਕ ਕਰਨ ਦਾ ਮਾਮਲਾ ਜਿਹੜਾ ਉਹ ਵੀ ਚਰਚਾ ਦੇ ਵਿੱਚ ਹੈ। ਸੋ ਇਹਦੇ ਤੇ ਤੁਹਾਡਾ ਕੀ ਨਜ਼ਰੀਆ? ਜਿਹੜਾ ਨਾ ਸਿਕਿਉਰਿਟੀ ਦਾ, ਕੱਲ ਵੀ ਹਾਈ ਕੋਰਟ ਚ ਡਿਸਕਸ ਹੋਇਆ, ਉਹਨਾਂ ਨੇ ਉਹ ਨੈਕਸਟ ਤਰੀਕ ਪਾਈ ਹੈ। ਉੱਥੇ ਗਵਰਨਮੈਂਟ ਨੇ ਜਾ ਕੇ ਐਜ਼ ਯੂਜੁਅਲ ਜਿਵੇਂ ਹਰ ਇਸ਼ੂਸ ਤੇ ਬੈਕ ਟਰਨ ਕਰ ਰਹੇ, ਇਹਨਾਂ ਨੇ ਫਿਰ ਯੂ ਟਰਨ ਕੱਟਿਆ ਕਿ ਅਸੀਂ ਸਿਰਫ 6 ਜੂਨ ਕਰਕੇ ਸਿੱਖਾਂ ਨੂੰ ਡਰਾਉਣ ਲਈ ਤੁਹਾਡੇ ਤੋਂ ਸਿਕਿਉਰਿਟੀ ਹਟਾ ਕੇ ਸਿੱਖਾਂ ਦੇ ਉੱਤੇ ਪਹਿਰੇ ਲਾਉਣੇ ਆ ਕਿ ਉਹ ਆਪਣੀ ਯਾਦਗਾਰ ਨਾ ਮਨਾ ਲੈਣ, ਪੀਸਫੁਲ ਤਰੀਕੇ ਨਾਲ ਆਪਣੀ ਯਾਦਗਾਰ ਨਾ ਮਨਾ ਲੈਣ, ਤਾਂ ਅਸੀਂ ਤੁਹਾਡੀ ਸਿਕਿਉਰਿਟੀ ਖਿੱਚ ਕੇ ਅਸੀਂ ਆਪਣੀ ਰਾਗਬ ਚੱਟੇ ਉਹਨਾਂ ਦੀ ਸਿਕਿਉਰਿਟੀ ਵਧਾਉਣੀ ਆ ਕਿ ਇਹ ਡਰ ਪੈਦਾ ਕਰਨਾ ਸਿੱਖਾਂ 'ਚ, ਅਸੀਂ ਡਰ ਪੈਦਾ ਕਰਨ ਲਈ ਹੋਰ ਉਹਨਾਂ ਨੂੰ ਸੰਗੀਨਾਂ ਥੱਲੇ ਲਿਆਉਣਾ। ਉਹਦਾ ਯੂ ਟਰਨ ਇਹਨਾਂ ਨੇ ਕੱਟਿਆ। ਕੱਲ੍ਹ ਇਹਨਾਂ ਨੇ ਕਹਿਤਾ ਜਾ ਕੇ ਹਾਈ ਕੋਰਟ ਕਿ ਅਸੀਂ ਸਾਰੀ ਸਿਕਿਉਰਿਟੀ ਵਾਪਸ ਦੇ ਦਾਂਗੇ ਜਿੰਨੇ ਵੀ 400+ ਬੰਦਿਆਂ ਤੋਂ ਲਈ ਸੀ। ਇੱਥੇ ਇਸ਼ੂ ਇਹ ਨਹੀਂ ਗਾ ਸਿਕਿਉਰਿਟੀ ਦਾ, ਜੇ ਤੁਸੀਂ ਕਿਸੇ ਦੀ ਸਿਕਿਉਰਿਟੀ ਲੈਣੀ ਆ ਜਾਂ ਦੇਣੀ ਆ, ਇਟ ਇਜ਼ ਨੋਟ ਏ ਪਬਲਿਕ ਇਸ਼ੂ। ਪੰਜਾਬ ਦੀ ਸਰਕਾਰ ਨੀ, ਦਿੱਲੀ ਦਰਬਾਰ ਦੀ ਸਰਕਾਰ। ਜੇ ਪੰਜਾਬ ਵਾਲੇ ਸੋਚਦੇ ਆਪਣੇ ਤਰੀਕੇ ਨਾਲ ਤਾਂ ਉਹਨਾਂ ਨੂੰ ਦਿੱਲੀ ਤਲਬ ਕਰ ਲੈਂਦੇ ਆ। ਜਿਵੇਂ ਕੱਲ ਦੁਬਾਰਾ ਚੀਫ ਮਿਨਿਸਟਰ ਪੰਜਾਬ, ਫਿਰ ਮਾੜਾ ਜਿਹਾ ਸੁਣਿਆ, ਫੋਨਾਂ ਤੇ ਵੀ ਗੱਲ ਹੋ ਸਕਦੀ ਆ, ਵਰਚੁਅਲ ਮੀਟਿੰਗਸ ਵੀ ਹੋ ਸਕਦੀਆਂ। ਤੁਹਾਡਾ ਜਿਹੜਾ ਹੈਗਾ, ਤੁਸੀਂ 140 ਕਰੋੜ ਰੁਪਇਆ ਦਿਨ ਦਾ ਕਰਜ਼ਾ ਲੈ ਕੇ ਸਰਕਾਰ ਚਲਾ ਰਹੇ ਹਾਂ, ਤੁਸੀਂ ਵਾਈ ਯੂ ਆਰ ਓਵਰ ਸਪੈਂਡਿੰਗ ਅਗੇਨ? ਤੁਸੀਂ ਸਿਕਿਉਰਿਟੀ ਮਈਅਸ ਲਈ, ਤੁਹਾਡੀ ਪਤਾ ਨਹੀਂ ਦਿੱਲੀ 'ਚ ਆਯੂਸ਼ੀ ਆ ਕਿ ਆਸ਼ੀਆ, ਉਹ ਉੱਥੋਂ ਬੋਲ ਰਹੀ ਆ ਸੋਸ਼ਲ ਮੀਡੀਆ, ਜਿਹੜਾ ਇਹਨਾਂ ਦਾ ਕੰਟਰੋਲ ਕਰ ਰਹੀ। ਇਹਨਾਂ ਦਾ ਜਿਹੜਾ ਕੰਟਰੋਲ ਹੈਗਾ, ਉਹ ਪਾਵਰ ਸੈਂਟਰ ਦਾ ਕਨਫਲਿਕਟ ਆ ਰਿਹਾ ਕਿ ਅਫਸਰਸ ਨੂੰ ਵੀ ਇਹ ਨਹੀਂ ਪਤਾ ਲੱਗਦਾ ਕਿ ਸਾਡਾ ਬੌਸ ਹੈ ਕੌਣ। ਸਾਡਾ ਬੌਸ ਰਾਘਵ ਚੱਡਾ, ਸਾਡਾ ਬੌਸ ਭਗਵੰਤ ਮਾਨ ਆ, ਜਾਂ ਦਿੱਲੀ 'ਚ ਬੈਠਾ ਇਹਨਾਂ ਦਾ ਸੁਪਰੀਮੋ ਆ, ਜਿਹਦੇ ਆਪ ਦਾ ਡਰ ਹੈ ਕਿ ਮੇਰਾ ਸ਼ਾਇਦ ਹੋਰ ਇੱਕ ਦੂਜਾ ਮਿਨਿਸਟਰ ਵੀ ਕਿਤੇ ਇਨਫੋਰਸਮੈਂਟ ਡਾਇਰੈਕਟਰੇਟ ਜਾਂ ਕੋਈ ਹੋਰ ਨੈਸ਼ਨਲ ਏਜੰਸੀ ਨਾ ਚੱਕ ਰਹੇ। ਉਹਦੇ ਬਾਰੇ ਇਹਨੇ ਖਾਲਸਾ ਕੱਲ੍ਹ ਜ਼ਾਹਰ ਕੀਤਾ ਇਹਨਾਂ ਦੇ ਸੁਪਰੀਮੋ ਨੇ। ਜਦੋਂ ਇਹਨਾਂ ਦਾ ਇੰਨਾ ਇੰਟਰਨਲ ਸਟਰਕਚਰ ਇੰਨਾ ਵੀਕ ਆ, ਇੱਥੇ AN-94 ਵਰਗਾ ਵੈਪਨ ਯੂਜ਼ ਹੋਇਆ ਹੈਗਾ ਜੋ ਮੂਸੇਵਾਲੇ ਦੀ ਕਿਲਿੰਗ ਵਿੱਚ, ਉਹ ਬੜਾ ਸੀਰੀਅਸ ਇਸ਼ੂ ਆ ਵੀ ਉੱਦਾਂ ਦਾ ਡੈਡਲੀ ਵੈਪਨ ਪੰਜਾਬ 'ਚ ਕਿਵੇਂ ਆਇਆ, ਕਿਵੇਂ ਉਹ ਬੰਦੇ ਕਿੱਥੋਂ ਆਏ, ਅੱਜ ਤੱਕ ਇਹ ਨਹੀਂ ਦੱਸ ਸਕੇ। ਅੱਜ ਤੱਕ ਕਿਸੇ ਦੀ ਆਈਡੈਂਟੀਫਿਕੇਸ਼ਨ ਬਾਹਰ ਨਹੀਂ ਆਈ ਕਿ ਹੂ ਆਰ ਦਾ ਪੀਪਲ ਜਿਨ੍ਹਾਂ ਨੇ ਮੂਸੇਵਾਲ ਨੂੰ ਮਾਰਿਆ। ਓਪਨਲੀ ਤੁਹਾਡੇ ਇੱਥੇ ਡੈਥ ਥ੍ਰੈਟਸ ਚੱਲ ਰਹੀਆਂ ਨੇ, ਜਿਵੇਂ ਕੋਈ ਇੱਥੇ ਪਤਾ ਨਹੀਂ ਹੁਣ ਵਾਈਲਡ ਵੈਸਟ ਨਹੀਂ ਹੁੰਦਾ ਜਿਵੇਂ ਅਮੈਰੀਕਾ 'ਚ, ਵੀ ਉੱਥੇ ਕੋਈ ਕਾਨੂੰਨ ਨਹੀਂ ਹੁੰਦਾ, ਘੋੜਿਆਂ 'ਤੇ ਚੜ੍ਹੇ ਫਿਰਦੇ ਸੀ, ਜਿਹਨੂੰ ਮਰਜ਼ੀ ਮਾਰ ਲਓ, ਜਿਹਨੂੰ ਮਰਜ਼ੀ ਢਾ ਲਓ, ਇੱਦਾਂ ਦੀ ਪਰਸੈਪਸ਼ਨ ਆ ਪੰਜਾਬ 'ਚ। ਇਸ ਲਈ ਜੇ ਸਿਕਿਉਰਿਟੀ ਕਿਸੇ ਦੀ ਲੈਣੀ ਸੀ ਜਾਂ ਦੇਣੀ ਸੀ, ਇਟ ਸ਼ੁੱਡ ਨਾਟ ਹੈਵ ਬੀਨ ਪਬਲਿਸ਼ਡ। ਇਹ ਐਜ਼ ਪਰ ਰੂਲ ਬੁੱਕ ਵੀ ਇਹ ਆ। ਤੇ ਫਿਰ ਸਮੱਸਿਆ ਫਿਰ ਉੱਥੇ ਆ ਜਾਂਦੀ ਹੈ ਕਿ ਇੱਕ ਪਾਸੇ ਸਿਕਿਉਰਿਟੀ ਵਾਪਸ ਲੈ ਲਈ, ਹੁਣ ਰੌਲਾ ਰੱਪਾ ਇਸ ਗੱਲ ਦਾ ਵੀ ਪੈ ਗਿਆ। ਇੱਕ ਜਿਹੜੀ ਵਾਰ ਵਾਰ ਗੱਲ ਗਿੱਲ ਸਾਹਿਬ ਇਹ ਵੀ ਚੱਲਦੀ ਹੈ ਕਿ ਜੀ ਆਪਾਂ ਸਿੱਧੂ ਮੂਸੇਵਾਲੇ ਦੀ ਵੀ ਗੱਲ ਕਰ ਲਈਏ ਕਿ ਜੀ ਜਿਹੜੀ ਸਿਕਿਉਰਿਟੀ, ਚਲੋ ਉਹਦੀ ਘਟਾਤੀ ਸੀ, ਗਨਮੈਨ ਤਾਂ ਉਹ ਘਰੇ ਛੱਡ ਗਏ ਸੀ, ਉਹ ਤਾਂ ਬੁਲਟ ਪਰੂਫ ਗੱਡੀ ਵੀ ਨਹੀਂ ਲੈ ਕੇ ਗਏ ਸੀ, ਮੰਨ ਲਿਆ ਕਿ ਉਹ ਨਹੀਂ ਲੈ ਕੇ ਗਏ ਸੀ। ਪੰਜਾਬ ਦੇ ਵਿੱਚ ਜਿਹੜੇ ਹੋਰ ਲੋਕ ਆ, ਸਾਰਾ ਦਿਨ ਬੁਲਟ ਪਰੂਫ ਗੱਡੀਆਂ 'ਚ ਤਾਂ ਨਹੀਂ ਨਾ ਘੁੰਮ ਸਕਦੇ, ਸਿਕਿਉਰਿਟੀ ਲੈ ਕੇ ਤਾਂ ਨਹੀਂ ਨਾ ਤੁਰ ਸਕਦੇ, ਲਾ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਕੁਛ ਤਾਂ ਕਰਨਾ ਪਊਗਾ। ਜਿਹੜੀ ਇੰਨੀ ਇਹਨਾਂ ਨੇ ਪੁਲਿਸ ਫੋਰਸ ਲਾਈ ਹੋਈ ਆ, ਉਹਨਾਂ ਦੀ ਐਜ਼ ਪਰ ਐਨੀ ਨੇਸ਼ਨ, ਉਹਨਾਂ ਦੀ ਇਹ ਜ਼ਿੰਮੇਵਾਰੀ ਹੁੰਦੀ ਆ ਕਿ ਜਿਹੜੀ ਉਹਨਾਂ ਦੀ ਸੁਸਾਇਟੀ ਆ, ਕੋਈ ਵੀ ਲੋਕ ਆ, ਇਰਰਿਸਪੈਕਟ ਆਫ ਰਿਲੀਜਨ, ਇਰਰਿਸਪੈਕਟ ਆਫ ਪੋਜੀਸ਼ਨ, ਉਹ ਸਟੇਟ ਰਿਸਪੋਂਸੀਬਿਲਿਟੀ ਆ, ਦੈਟ ਇਜ਼ ਕਾਲਡ ਸਟੇਟ ਕਰਾਫਟ। ਸਟੇਟ ਕਰਾਫਟ ਹੁੰਦੀ ਆ ਵੀ ਕਿਵੇਂ ਆਪਣਾ ਰਾਜ ਭਾਗ ਸੰਭਾਲਣਾ, ਜਿਹੜਾ ਕਿ ਇੰਡੀਅਨ ਪੋਲੀਟਿਕਸ ਵਿੱਚੋਂ ਮਿਸਿੰਗ ਆ।
ਇੱਥੇ ਕੁਛ ਬੰਦੇ ਵੀ ਆਈ ਪੀ ਨੇ, ਕੁਛ ਆਪਣੇ ਵਰਗੇ ਸਧਾਰਨ ਆ, ਉਹਨਾਂ ਦੀ ਜਾਨ ਮਾਲ ਦਾ ਰਾਖੇ ਆਪਾਂ ਆਪ ਲਈ। ਉਹ ਚੀਜ਼ ਨੇ ਐਕਸਪੋਜ਼ ਵੀ ਕੀਤਾ ਮੂਸੇ ਵਾਲੇ ਦੇ ਸਟਰਕਚਰ ਦੇ ਵਿੱਚ ਕਿ ਜਿਹੜਾ ਵੈਪਨ ਚੱਲੇ, ਜੋ ਕੁਛ ਹੋਇਆ, ਉਹ ਚੀਜ਼ ਨੇ ਬੜੀ ਬੁਰੀ ਤਰ੍ਹਾਂ ਫੋਲਟ ਲਾਈਨਸ ਐਕਸਪੋਜ਼ ਕੀਤੀਆਂ ਨੇ ਜੋ ਪੰਜਾਬ ਵਿੱਚ ਹੈਗੀਆਂ। ਦੂਜੀ ਗੱਲ ਇਹ ਹੈਗੀ ਆ ਕਿ ਜਿਹੜਾ ਆਪਣਾ ਯਾਦਗਾਰ ਆਪਣੀ ਘੱਲੂ ਘਾਰੇ ਦੀ, ਉੱਥੇ ਬਹਿ ਕੇ ਇਹਨਾਂ ਨੂੰ ਵਿਚਾਰਨਾ ਚਾਹੀਦਾ ਵੀ ਜਿਹੜਾ ਸਾਡਾ ਵੱਡਮੁੱਲਾ ਖਜ਼ਾਨਾ ਸੀ, ਸਾਡੀ ਰੈਫਰੈਂਸ ਲਾਇਬ੍ਰੇਰੀ ਸੀ, ਉਹਦਾ ਅੱਜ ਤੱਕ ਸਾਨੂੰ ਜਵਾਬ ਕਿਉਂ ਨਹੀਂ ਮਿਲਿਆ ਇੰਡੀਅਨ ਗੌਰਮੈਂਟ ਤੋਂ। ਇੰਡੀਅਨ ਗੌਰਮੈਂਟ ਕਹਿੰਦੀ ਆ ਵੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 1990 ਤੋਂ ਹੀ ਵਾਪਸ ਕਰਨਾ ਸ਼ੁਰੂ ਕਰਤਾ ਸੀ ਸਮਾਨ। 2000 'ਚ ਜੋਰਜ ਫਰਨਾਂਡਿਸ ਇੰਡੀਅਨ ਪਾਰਲੀਮੈਂਟ 'ਚ ਕਹਿ ਰਿਹਾ ਕਿ ਐਵਰੀਥਿੰਗ ਹੈਜ਼ ਬੀਨ ਹੈਂਡਡ ਬੈਕ ਟੂ ਦਾ SGPC। ਜਦੋਂ ਜਥੇਦਾਰ ਕਿਰਪਾਲ ਸਿੰਘ ਨੇ ਆਪਣੀ ਕਿਤਾਬ ਲਿਖੀ ਕਿ 84 ਉਹਨੇ ਕਿਹਾ ਸੀ ਅੱਖੀ ਡੇਟਾ ਆਪਰੇਸ਼ਨ ਬਲੂ ਸਟਾਰ, ਜਿਹੜੇ ਐਡੀ ਵੱਡੀ ਸੇਵਾਦਾਰੀ 'ਤੇ ਬੈਠੇ ਆ ਉਹਨਾਂ ਨੂੰ ਵੀ ਇਹ ਜੋ ਕੋਡ ਨੇਮ ਇਹਨਾਂ ਨੂੰ ਇੰਦਰਾ ਗਾਂਧੀ ਨੇ ਦਿੱਤਾ ਆਪਰੇਸ਼ਨ ਬਲੂ ਸਟਾਰ, ਇਹਨਾਂ ਨੂੰ ਉਹੀ ਇਹ ਨੀਲਾ ਤਾਰਾ ਸੀਗਾ, ਉਹ ਤਾਂ ਖੂਨੀ ਤਾਰਾ ਸੀ, ਸਾਡੇ ਲਈ ਤਾਂ ਲਹੂ ਆਣਾ ਭਿੱਜਿਆ ਹੋਇਆ ਤਾਰਾ ਸੀ, ਸਾਡੇ ਲਈ ਬਲੂ ਕਿਵੇਂ ਹੋ ਗਿਆ ਉਹ। ਉਹ ਆਪਣੀ ਕਿਤਾਬ 'ਚ ਲਿਖਦਾ ਕਿ ਮੈਨੂੰ ਪ੍ਰਿੰਸੀਪਲ ਲਾਭ ਸਿੰਘ ਜੋ ਕਿ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸੀ, ਉਹਨਾਂ ਨੇ ਉਹਨਾਂ ਨੂੰ ਆ ਕੇ ਦੱਸਿਆ ਕਿ ਮੈਨੂੰ CID ਦੇ ਕੋਈ ਬੰਦੇ ਜਾਣਦੇ ਆ ਦਿੱਲੀ 'ਚ, ਉਹਨਾਂ ਨੇ ਮੈਨੂੰ ਕਿਹਾ ਵੀ ਜਿਹੜਾ ਆਪਣਾ ਦੁਰਲਭ ਖਜ਼ਾਨਾ ਇੰਡੀਅਨ ਆਰਮੀ ਲੁੱਟ ਕੇ ਲੈ ਕੇ ਗਈ ਆ ਰੈਫਰੈਂਸ ਲਾਇਬ੍ਰੇਰੀ 'ਚ, ਉਹ ਦਿੱਲੀ ਦੀਆਂ ਸੜਕਾਂ 'ਤੇ ਵਿਕ ਰਿਹਾ। ਉਹਨੇ ਫਿਰ ਉੱਥੋਂ 2 ਗੁਟਕਾ ਸਾਹਿਬ ਜਾਂ ਕੁਛ ਉੱਦਾਂ ਦੀ ਜਿਹੜੀਆਂ ਨਿਸ਼ਾਨੀਆਂ ਸੀ ਉਹ ਲਿਆ ਕੇ ਜਥੇਦਾਰ ਕਿਰਪਾਲ ਸਿੰਘ ਨੂੰ ਦਿੱਤੀਆਂ, ਪਰ ਕੋਈ ਜ਼ਿੰਮੇਵਾਰੀ ਨਹੀਂ ਕਿਸੇ ਦੀ। ਇਹ ਵੀ ਗੱਲ ਆਈ ਸੀ ਕਿ ਇੱਕ ਗੁਰੂ ਸਾਹਿਬ ਦਾ ਸਰੂਪ ਉਹ 12 ਕਰੋੜ ਰੁਪਏ 'ਚ ਵਿਕਿਆ, ਉਹ ਵੀ ਦਿੱਲੀ ਤੋਂ ਵਿਕਿਆ। ਇਹ ਚੀਜ਼ਾਂ ਜਦੋਂ ਬੋਧੀਆਂ ਨੇ ਨਾਲੰਦਾ 'ਚ ਆਪਣੀ ਲਾਇਬ੍ਰੇਰੀ ਬਣਾਈ ਸੀ ਨਾ, ਤਾਂ ਜਦੋਂ ਬ੍ਰਾਹਮਣਾਂ ਦਾ ਰਾਜ ਆਇਆ, ਬੋਧੀ ਖਤਮ ਕੀਤੇ, ਤਾਂ ਸਭ ਤੋਂ ਪਹਿਲੇ ਉਹਨਾਂ ਨਾਲੰਦਾ ਦੀ ਲਾਇਬ੍ਰੇਰੀ ਸਾੜੀ ਸੀ, ਜਿਹਦੀ ਜਿਹੜੀ ਸੀ ਨਾ ਮਤਲਬ ਕਿ ਧੂੰਆਂ, ਉਹ ਮਹੀਨਿਆਂ ਬੱਧੀ ਚੱਲਦਾ, ਇਹ ਇਤਿਹਾਸਿਕ ਤੱਥ ਨੇ। ਜਦੋਂ ਅਲੈਗਜ਼ੈਂਡਰੀਆ ਦੇ ਵਿੱਚ ਜੂਲੀਅਸ ਸੀਜ਼ਰ ਗਿਆ ਆਪਣੀਆਂ ਫੌਜਾਂ ਲੈ, ਪਹਿਲਾ ਕੰਮ ਉਹਨਾਂ ਨੇ ਉੱਥੋਂ ਦੀ ਲਾਇਬ੍ਰੇਰੀ ਸਾੜੀ ਸੀ, ਅਤੇ ਜਿਹਦੀਆਂ ਬੁੱਕਾਂ ਦੇ ਸੇਕ ਨਾਲ ਅੱਗ ਲਾ ਲਾ ਕੇ ਉਹਦੇ ਫੌਜੀ ਉੱਥੋਂ ਦੀ ਠੰਡ ਆਪਣੀ ਠੰਡ ਘਟਾਉਂਦੇ ਰਹੇ ਸੀ। ਜਦੋਂ ਜਰਮਨੀ ਨੇ ਪਹਿਲੀ ਜੰਗ ਲਾਈ ਆ ਦੁਨੀਆ ਦੀ, World War I ਲੱਗੀ ਆ, ਉਹਨਾਂ ਨੇ ਬੈਲਜੀਅਮ 'ਚ ਜਦੋਂ ਐਂਟਰ ਕੀਤਾ ਤਾਂ ਪਹਿਲੇ ਲਾਇਬ੍ਰੇਰੀ ਢਾਈ ਸੀ। ਇਹ ਕਿਉਂ ਹੁੰਦਾ, ਕਿਉਂ ਇੰਡੀਅਨ ਆਰਮੀ ਨੇ ਲਾਇਬ੍ਰੇਰੀ ਢਾਈ? ਤਾਂ ਕਿ ਇਹਨਾਂ ਦਾ ਜਿਹੜਾ ਇਤਿਹਾਸ ਆ, ਜਿਹੜੀਆਂ ਇਹਨਾਂ ਦੇ ਪ੍ਰਾਥਨ ਗੁਰੂ ਸਾਹਿਬ ਦੇ ਹੁਕਮਨਾਮੇ ਨੇ, ਹੱਥ ਲਿਖਤ ਗੁਰੂ ਸਾਹਿਬ ਦੀਆਂ ਬੀੜਾਂ ਨੇ, ਉਹ ਸਾਰੀਆਂ ਤਹਿਸ ਨਹਿਸ ਕਰ ਦਿਉ, ਇਹਨਾਂ ਦਾ ਇਤਿਹਾਸ ਬਦਲ ਦਿਉ, ਇਹਨਾਂ ਦੇ ਜਿਹੜੇ ਰਾਸ਼ਟਰੀ ਸਿੱਖ ਸੰਗਤ ਦੇ ਬੰਦੇ ਨੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਪੰਜਾਬ 'ਚੋਂ ਬਣਾ ਕੇ ਭੇਜਿਆ, ਅਤੇ ਉਹਦੀ ਤਾਜ਼ੀ ਆਧਾਰਨ ਸਾਨੀ ਆ। ਉਹ ਇਸ ਤਰ੍ਹਾਂ ਦੇ ਜਿਹੜਾ ਇਤਿਹਾਸ ਬਦਲਿਆ ਜਾ ਰਿਹਾ। ਅੱਜ ਤੱਕ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਿਹੜਾ ਇਤਿਹਾਸਿਕ ਸਿੱਖਾਂ ਬਾਰੇ ਬੁੱਕਸ ਪੜ੍ਹਾਉਂਦਾ ਰਿਹਾ, ਉਹ ਗਲਤ ਪ੍ਰਚਾਰ ਕੀਤਾ, ਝੂਠਾ ਇਹਨਾਂ ਨੇ ਇਤਿਹਾਸ ਬਦਲਿਆ, ਜਿਹਦੇ ਬਾਰੇ ਹੁਣ ਰੌਲਾ ਵੀ ਪਿਆ, ਇਹਨਾਂ ਨੇ ਬੈਨ ਕੀਤੀ ਹੁਣ ਬੁੱਕਸ, ਪਰ ਉਹ ਬਣੀਆਂ, ਉਹ ਤਾਂ ਹੀ ਆਈਆਂ ਆਪਾਂ ਨੂੰ ਕਮਜ਼ੋਰੀਆਂ। ਜਦੋਂ ਇੰਡੀਅਨ 84 ਦਾ ਅਟੈਕ ਤੋਂ ਬਾਅਦ ਇੰਡੀਅਨ ਗੌਰਮੈਂਟ ਨੇ ਮੇਕ ਸ਼ੋਰ ਕੀਤਾ ਸੀ ਕਿ ਅੱਜ ਸਿੱਖਾਂ ਨੂੰ ਲੀਡਰਸ਼ਿਪ ਉਹੀ ਆਊਗੀ ਜਿਹੜੀ ਦਿੱਲੀ ਨੂੰ ਪ੍ਰਵਾਨਿਤ ਹੋਈ, ਉਹ ਹੋਇਆ ਵੀ ਆ ਤੁਹਾਡੇ ਸਾਹਮਣੇ। ਸੁਖਬੀਰ ਬਾਦਲ ਉਹਨਾਂ ਨੂੰ ਰਾਸ਼ਟਰਵਾਦ ਦਾ ਜ਼ਿਆਦਾ ਫਿਕਰ ਆ, ਉਹਨਾਂ ਨੂੰ ਸਿੱਖਾਂ ਦੀ ਖੁਦ ਮੁਖਤਿਆਰੀ ਦਾ ਫਿਕਰ ਨੀਗਾ, ਜਾਂ ਸਿੱਖ ਹੋਣ ਦੇ ਵਿੱਚ ਕੀ ਮਾਣ ਆ, ਇਕੱਲੇ ਮੱਥੇ ਟੇਕਣ ਨਾਲ ਸਿੱਖ ਨਹੀਂ ਬਣ ਜਾਣਾ, ਰੋਜ਼ ਰੋਜ਼ ਆ ਕੇ ਦਰਬਾਰ ਸਾਹਿਬ 'ਚ ਪਾਠ ਕਰਾਈ ਜਾਓ, ਆਹ ਕਰਾਈ ਜਾਓ, ਇਹਨਾਂ ਨਾਲ ਨਹੀਂ ਹੋਣਾ। ਨਾ ਗੁਰੂ ਸਾਹਿਬ ਨੇ ਇੱਦਾਂ ਦੀਆਂ ਗੱਲਾਂ ਕਹੀਆਂ ਸੀ, ਇਹਨਾਂ ਨੇ ਆਪਣਾ ਇਤਿਹਾਸ ਬਦਲਤਾ, ਆਪਣੇ ਚਿੰਨ੍ਹ ਬਦਲਤੇ। ਇਹ 84 ਦੀ ਫਾਲ ਆਊਟ ਆ ਜਿਹਦੇ ਬਾਰੇ ਹਰ ਸਾਲ ਇਕੱਤਰ ਹੋ ਕੇ ਹਰ ਦਿਨ ਸਿੱਖਾਂ ਨੂੰ ਵਿਚਾਰ ਕਰਨਾ ਚਾਹੀਦਾ ਕਿ ਜਿਹੜਾ ਕ੍ਰਾਈਮ ਅਗੇਂਸਟ ਹਿਊਮੈਨਿਟੀ ਹੋਇਆ, ਵੀ ਨੀਡ ਆਨਸਰਸ ਫਾਰ ਦੈਟ। ਜੀ ਗਿੱਲ ਸਾਹਿਬ, ਇੱਕ ਹੋਰ ਸਵਾਲ ਹੈ ਜਿਹੜਾ ਤੁਹਾਡੇ ਵਾਸਤੇ ਹੈ ਕਿ ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਦੀ ਕਿਤਾਬ ਆ ਰਹੀ ਹੈ ਤੇ ਤੁਸੀਂ ਵੀ ਲਿਖ ਰਹੇ ਹੋ। ਮੈਂ ਹਜੇ ਨਹੀਂ ਲਿਖ ਰਿਹਾ, ਮੈਂ ਇੱਕ ਕਿਸਾਨੀ ਤੇ ਕਿਤਾਬ ਲਿਖੀ ਸੀ, ਕਿਸਾਨੀ ਕਿਸਾਨ ਕਰੇ, ਉਹ ਮੇਰੇ ਕੋਲ ਪਈ ਹੈ। ਹਾਂ, ਸੈਕੰਡ ਰਿਹਾ ਹੈਗਾ ਫੋਰਟ ਲਾਈਨਸ ਇੰਡੀਅਨ ਪੋਲਿਟਿਕਸ, ਉਹ ਮੈਂ ਸਬਮਿਟ ਕੀਤੀ ਹੋਈ ਆ, ਮੈਨੂਸਕ੍ਰਿਪਟ ਸਬਮਿਟ ਕੀਤਾ ਹੋਇਆ।
जी वो मेरी इंग्लिश होगी बुक। ਤੇ ਮਿਹਰਬਾਨੀ ਗਿੱਲ ਸਾਹਿਬ ਅੱਜ ਤੁਸੀਂ ਜੁੜੇ ਹੋ, ਆਉਣ ਵਾਲੇ ਦਿਨਾਂ 'ਚ ਅਸੀਂ ਜੁੜਦੇ ਰਵਾਂਗੇ ਸੁਨੇਹਾ ਦੇਣਾ ਪੰਜਾਬ ਦੀ ਆਹ ਸਥਿਤੀ ਆ ਵੀ ਮੈਂ ਕਿਸੇ ਹਾਲ ਮੇਂ ਮਯੂਸ ਨਹੀਂ ਹੋ ਸਕਦਾ। ਮੈਂ ਭਾਵੇਂ ਕਿੰਨੀਆਂ ਟ੍ਰੈਜਡੀਜ਼ ਹੋ ਜਾਣ, ਮੈਂ ਆਪ ਨਿਗਾਈਆਂ ਨੇ ਟ੍ਰੈਜਡੀਜ਼, ਮੈਂ ਕਿਸੇ ਹਾਲ ਮੇਂ ਮਯੂਸ ਨਹੀਂ ਹੋ ਸਕਦਾ। ਜ਼ੁਲਮ ਤੋਂ ਲਾਖ ਹੈ ਉਮੀਦ ਏ ਸ਼ਹਿਰ ਰੱਖਦਾ, ਦੈਟ ਇਜ਼ ਮਾਈ ਬੈਸਟ ਵਰਕ। ਸਹੀ, ਸੋ ਬਹੁਤ ਧੰਨਵਾਦ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਰਣਜੀਤ ਸਿੰਘ ਕੁੱਕੀ ਗਿੱਲ ਹੋਰਾਂ ਦੇ ਨਾਲ ਅਸੀਂ ਸਾਂਝ ਪਾ ਰਹੇ ਸੀ। ਪਿਛਲੇ ਹਫ਼ਤੇ ਦੀ ਗੈਰ ਹਾਜ਼ਰੀ ਹੈ, ਬਹੁਤ ਸਾਰੇ ਸਾਡੇ ਸੱਜਣਾਂ ਨੂੰ ਰੜਕੀ, ਤੁਹਾਡੇ ਤੋਂ ਦੂਰ ਹੋਣ ਨੂੰ ਕਦੇ ਵੀ ਦਿਲ ਨਹੀਂ, ਪਰ ਰੁਝੇਵੇਂ ਸੀ। ਸੋ ਉਮੀਦ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਸੈਗਮੈਂਟ ਨੂੰ ਜ਼ਰੂਰ ਕੰਟੀਨਿਊ ਕਰਾਂਗੇ। ਤੁਸੀਂ ਸਾਡੇ ਪੇਜ ਨੂੰ ਸੁਖਨੈਬ ਸਿੰਘ ਸਿੱਧੂ ਫੇਸਬੁੱਕ ਦੇ ਉੱਤੇ ਫੋਲੋ ਕਰ ਸਕਦੇ ਹੋ, ਸਾਡਾ ਯੂਟਿਊਬ ਦਾ ਚੈਨਲ ਹੈ PNO ਮੀਡੀਆ ਗਰੁੱਪ, ਉੱਥੇ ਜੁੜ ਸਕਦੇ ਹੋ। ਪੰਜਾਬੀ ਨਿਊਜ਼ ਔਨਲਾਈਨ .com ਸਾਡੀ ਵੈਬਸਾਈਟ ਹੈ, ਕਿਉਂਕਿ ਜਿਹੜੇ ਸਾਡੇ ਨਾਲ ਜੁੜੇ ਹੋ ਇੱਥੇ ਆਉਣੇ ਹੋ, ਤੁਹਾਨੂੰ ਇਹ ਜ਼ਰੂਰ ਪਤਾ ਹੋਊਗਾ ਕਿ ਅਸੀਂ ਸਿਰਫ ਅਤੇ ਸਿਰਫ ਉਹ ਗੱਲ ਕਰਦੇ ਹਾਂ ਜਿਹੜੀ ਮਨੁੱਖਤਾ ਦੇ ਭਲੇ ਦੀ ਹੋਵੇ, ਸਮਾਜ ਦੇ ਭਲੇ ਦੀ ਹੋਵੇ। ਕਿਸੇ ਵੀ ਰਾਜਸੀ ਧਿਰ ਦੇ ਅਸੀਂ ਹਮਾਇਤੀ ਜਾਂ ਵਿਰੋਧੀ ਨਹੀਂ, ਪਰ ਜੋ ਵੀ ਇੱਥੇ ਅਡੰਬਰ ਕਰਦੇ ਲੋਕ ਉਹਨਾਂ ਦੇ ਪਰਖ 'ਚ ਅੜਾਉਣ ਦਾ ਯਤਨ ਜ਼ਰੂਰ ਕਰਦੇ ਰਹਾਂਗੇ, ਪਰ ਇੱਕ ਸੀਮਾ ਦੇ ਵਿੱਚ ਰਹਿ ਕੇ, ਅਤੇ ਉਹ ਸੀਮਾ ਸਰਕਾਰੀ ਸੀਮਾ ਨਹੀਂ ਹੋਊਗੀ। ਸੁਣਦੇ ਰਹੋ, ਦੇਖਦੇ ਰਹੋ ਅਤੇ ਸਹਿਯੋਗ ਦਿੰਦੇ ਰਹੋ PNO ਮੀਡੀਆ ਨੂੰ।